ग्रंथ साहिब सचे पातशाह जी दे पावन पवित्र हाजूरी दे अंदर सोभाए मान गुरु सवारे सत संगी जनो इस गुरुद्वारा साहिब जी विखे अज समूह संगत दे पूर्ण सहयोग नाल प्रबंधक वीरां दे उद्यम सदका और सब तो वड्डी बख्शीश उस परिपूर्ण परमात्मा वाहिगुरु जी दी धन गुरु ग्रंथ साहिब सच्चे पातशाह जी दी जिन्हां दी कृपा दे नाल जो कार्य प्रारंभ किया गया उस दी हजूर ने संपूर्णता बख्शी है। इस स्थान ते जो रोजाना नेम मुताबिक हजूर दे आए हुए पावन पवित्र हुक्म मुख वाक दी विचार कीती जांदी है अज सतगुरु गुरु ग्रंथ साहिब जी ने कृपा कीती अमृत वेले प्रकाशमान हुंदिया जो पवित्र हुक्म रूप विच शब्द बख्शिया इस शब्द दे उचारण करता पंचम गुरुदेव सतगुरु गुरु अर्जुन देव जी महाराज और राग टोडी है। शब्द दा पाठ आप जी ने सरवण कीता है। आओ साध संगत आप जितने भी गुरु चरणा विच हाजिर हो आप जी आसीस बख्शो तन गुरु पंचम पातशाह अपने अमृत बचन दी विचार प्रेम भावना नाल आप ही करा लवो। विचार दी प्रारंभता तो पहला करो कृपा और उच्चारण करो जी सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी। गुर सिख नूं धन गुरु ग्रंथ साहिब सच्चे पातशाह जी दे एक एक पवित्र बचन ते पूर्ण भरोसा पूर्ण विश्वास पूर्ण यकीन है। इनू किसी दुनियादार बंदे तो पूछन दी जरूरत नहीं पैंदी कि आ काम मैं कर लगा ते आप जी कोई शुभ वाक कहो जा मेरा काम संपन्न होया है ते आप जी कोई आसीस दियो। सिख कार्य दी आरंभता विच भी गुरु दे चरणा विच बेनती करके हुक्म सुनदा है ते कार्य दी संपूर्णता ते फिर मालक दे चरणा विच अरदास करदा ते उस दा हुक्म सुनदा है। हां जदों प्रारंभ करदा है ते उदो कार्य दी संपन्नता लई अरदासां करदा है मालक तुसी आप विच वर्त के कार्य रास करो ते जिस वक्त मालक कार्य संपूर्ण कर दिंदा है अरदास फिर भी करदा है ते हुण अरदास विच शुकराना करदा है मालक तुहाडा कोटान कोट शुकर तुसी सिख दे सिर ते मेर भरे हाथ रखिया ते एक कार्य तुसी आप विच वर्त के संपूर्ण कराया क्योंकि अपनी मेहनत नू अपने उद्यम नू ठीक क्यों कर रहे है पर सब कुछ समर्पित हो अपने गुरु दे चरणा विच करदा है। आओ थोड़ा जा पावां के काफी साल हो गए ने
ਆਪ ਸੰਗਤਾਂ ਦੇ ਦਰਸ਼ਨ ਦੀਦਾਰ ਤਕਰੀਬਨ ਹਰ ਸਾਲ ਹੁੰਦੇ ਨੇ। ਪਰ ਦਾਸ ਇੱਕ ਬੇਨਤੀ ਕਰਦਾ ਹੁੰਦਾ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਸਰੀਰਕ ਤੌਰ ਤੇ ਪੰਜਾਂ ਤੱਤਾਂ ਦੇ ਚੋਲੇ ਵਿੱਚ ਆਪ ਵਿਚਰਦੇ ਨੇ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ, ਬਾਬਾ ਬੁੱਢਾ ਸਾਹਿਬ ਪ੍ਰਕਾਸ਼ ਕਰਦੇ ਨੇ, ਚੌਰ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਹੈ। ਭਾਈ ਸਾਹਿਬ ਉੱਥੋਂ ਆਏ ਨੇ, ਅਰਦਾਸੀ ਹੈ ਗੁਰਸਿੱਖ, ਚੌਰ ਬਰਦਾਰ ਦੀ ਬਕਾਇਦਾ ਇੱਕ ਸੇਵਾ ਹੈ, ਇੱਕ ਡਿਊਟੀ ਹੈ। ਪ੍ਰਕਾਸ਼ ਬਾਬਾ ਬੁੱਢਾ ਸਾਹਿਬ ਕਰਦੇ ਨੇ ਤੇ ਦੇਖੋ ਸਾਨੂੰ ਕਿੰਨੇ ਬਖਸ਼ਿਸ਼ ਭਰੇ। ਪੰਜਵੇਂ ਜਾਮੇ ਚ ਪੂਰਨੇ ਪਾ ਪਾ ਕੇ, ਪੂਰਨੇ ਨੀ ਕੇਵਲ ਪ੍ਰੈਕਟੀਕਲ ਤੌਰ ਤੇ ਦੱਸਦੇ ਪਏ ਨੇ, ਸਿੱਖਾ ਸਦੀਵ ਕਾਲ ਤੈਨੂੰ ਸ਼ਬਦ ਨਾਲ ਬਾਣੀ ਨਾਲ ਹੀ ਜੋੜਿਆ, ਭਾਵੇਂ ਅਸੀਂ ਮੌਜੂਦ ਹਾਂ, ਚਵਰ ਅਸੀਂ ਕਰਾਂਗੇ, ਪਰ ਜੋ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਆਵੇਗਾ ਨਾ, ਉਹਨੂੰ ਗੁਰੂ ਦਾ ਬਚਨ ਸੱਤ ਕਰਕੇ ਉਹਨੂੰ ਹੁਕਮ ਜਾਣ ਕੇ ਮੰਨ। ਦੇਖੋ ਉਦੋਂ ਵੀ ਹਜ਼ੂਰ ਨੇ ਆਵਾਜ਼ ਦੀ ਗੱਲ ਕੀਤੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਬਚਨ ਕਹੇ ਨੇ, ਕਹਿਣ ਲੱਗੇ ਹਜ਼ੂਰ ਨੇ ਫਰਮਾਇਆ, ਬੁੱਢਾ ਸਾਹਿਬ ਖੋਲੋ ਗ੍ਰੰਥ। ਪ੍ਰਕਾਸ਼ ਕਰਨ ਦੀ ਗੱਲ ਕੀਤੀ, ਅੱਜ ਵੀ ਪ੍ਰਕਾਸ਼ ਕੀਤਾ ਜਾਣਾ ਹੈ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ, ਆਪ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਖੋਲੋ ਤੇ ਸ਼ਬਦ ਵਰਤੇ, ਪਰ ਪ੍ਰਕਾਸ਼ ਦਾ ਅਰਥ ਦੇਖੋ, ਜਦੋਂ ਹਜ਼ੂਰ ਦਾ ਸੁਖ ਆਸਨ ਹੈ ਉਦੋਂ ਵੀ ਪ੍ਰਕਾਸ਼ਮਈ ਹੈ, ਪਰ ਜਦੋਂ ਆਪਾਂ ਹਜ਼ੂਰ ਦਾ ਪਵਿੱਤਰ ਸਵਰੂਪ ਖੋਲਨੇ ਆ, ਇਹਦਾ ਮਤਲਬ ਕਿ ਜੋ ਇਹਨੂੰ ਪੜ੍ਹੇਗਾ, ਜੋ ਇਹਨੂੰ ਵਿਚਾਰੇਗਾ, ਜੋ ਇਹਦਾ ਪਾਠ ਕਰੇਗਾ, ਉਹਦੇ ਅੰਦਰ ਦੀ ਅਗਿਆਨਤਾ ਦੂਰ ਹੋਵੇਗੀ, ਕਿਉਂਕਿ ਗੁਰਬਾਣੀ ਚਾਨਣ ਹੈ ਤੇ ਇਹਦਾ ਪ੍ਰਕਾਸ਼ ਅੰਦਰ ਦੇ ਹਨੇਰੇ ਨੂੰ ਖਤਮ ਕਰਦਾ ਹੈ। ਇੱਥੇ ਥੋੜੀ ਜਿਹੀ ਬੇਨਤੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰਾਏ ਬੁਲਾਰ ਦੇ ਪੁੱਛਣ ਤੇ ਉੱਤਰ ਦਿੱਤਾ ਸੀ। ਉਹਨਾਂ ਪੁੱਛਿਆ ਸੀ, ਮਹਾਰਾਜ ਇੱਕ ਤਾਂ ਹਨੇਰਾ ਹੈ ਰਾਤ ਦਾ ਤੇ ਦੂਜਾ ਹਨੇਰਾ ਅਸੀਂ ਅਗਿਆਨਤਾ ਨੂੰ ਵੀ ਅੰਧਕਾਰ ਕਹਿੰਦੇ, ਹਨੇਰਾ ਕਹਿੰਦੇ, ਪਰ ਇੱਕ ਕਿਰਪਾ ਕਰੋ ਕਿ ਬਾਹਰ ਦਾ ਹਨੇਰਾ ਤੇ ਅਗਿਆਨਤਾ ਦਾ ਹਨੇਰਾ, ਇਹਨਾਂ ਦੋਨਾਂ ਚ ਕੋਈ ਅੰਤਰ ਹੈ? ਤੇ ਧੰਨ ਗੁਰੂ ਨਾਨਕ ਸਾਹਿਬ ਨੇ ਫੁਰਮਾਇਆ, ਕਹਿਣ ਲੱਗੇ ਦੇਖੋ, ਜਿਹੜਾ ਬਾਹਰ ਦਾ ਹਨੇਰਾ ਹੁੰਦਾ, ਗਹਿਰਾ ਹਨੇਰਾ ਹੋਵੇ, ਉਹਦੇ ਵਿੱਚ ਕਈ ਵਾਰੀ ਆਪਣੇ ਹੱਥ ਪੈਰ ਅੰਗ ਪ੍ਰਤੀ ਅੰਗ ਦਿਸਦੇ ਨਹੀਂ, ਕਈ ਵਾਰੀ ਹਨੇਰਾ ਇੰਨਾ ਪਸਰਦਾ ਕਿ ਸਾਨੂੰ ਜ਼ਮੀਨ ਨਜ਼ਰ ਨਹੀਂ ਆਉਂਦੀ, ਸਾਨੂੰ ਆਪਣੇ ਸਰੀਰ ਦੇ ਕੱਪੜੇ ਦੇ ਰੰਗ ਵੀ ਨਜ਼ਰ ਨਹੀਂ ਆਉਂਦਾ। ਕਹਿਣ ਲੱਗੇ ਬਾਹਰ ਦਾ ਹਨੇਰਾ ਉਹ ਵੇ ਕਿ ਜਿਹਦੇ ਵਿੱਚ ਅੰਗ ਨਜ਼ਰ ਨਹੀਂ ਆ ਰਹੇ, ਬਸਤਰਾਂ ਦਾ ਰੰਗ ਨਹੀਂ ਦਿਸਦਾ, ਦੂਰੋਂ ਕੁਝ ਨਜ਼ਰ ਨਹੀਂ ਆ ਰਿਹਾ, ਪਰ ਉਸ ਹਨੇਰੇ ਵਿੱਚ ਬੰਦੇ ਨੂੰ ਇੱਕ ਸੋਝੀ ਹੈ ਕਿ ਮੈਂ ਕੌਣ ਹਾਂ। ਹਨੇਰੇ ਵਿੱਚ ਆਪਾਂ ਇਹ ਤੇ ਨਹੀਂ ਭੁੱਲਦੇ ਮੇਰਾ ਨਾਮ ਕੀ ਹੈ, ਹਨੇਰੇ ਵਿੱਚ ਆਪਾਂ ਇਹ ਨਹੀਂ ਵਿਸਰਦੇ ਕਿ ਮੇਰਾ ਪਰਿਵਾਰ ਕੌਣ ਹੈ, ਹਨੇਰੇ ਵਿੱਚ ਆਪਾਂ ਘਰ ਦਾ ਐਡਰੈਸ ਵੀ ਨਹੀਂ ਭੁੱਲਦੇ, ਨਜ਼ਰ ਨਹੀਂ ਆ ਰਿਹਾ, ਪਰ ਇਹ ਤਾਂ ਚੇਤਾ ਹੈ ਜ਼ੇਨ ਵਿੱਚ, ਇਹ ਤਾਂ ਚੇਤੇ ਸ਼ਕਤੀ ਵਿੱਚ ਹੈ ਕਿ ਮੈਂ ਕੌਣ ਹਾਂ, ਮੇਰਾ ਪਰਿਵਾਰ ਕਿੱਥੇ, ਮੈਂ ਵਸਨੀਕ ਕਿੱਥੋਂ ਦਾ, ਸਭ ਕੁਝ ਚੇਤੇ। ਕਹਿਣ ਲੱਗੇ ਬਾਹਰ ਦੇ ਹਨੇਰੇ ਵਿੱਚ ਸਰੀਰ ਘਰ ਨਜ਼ਰ ਨਹੀਂ ਆਉਂਦੇ, ਪਰ ਇੰਨੀ ਸਮਝ ਰਹਿੰਦੀ ਹੈ ਮੈਂ ਕੌਣ, ਮੈਂ ਕਿੱਥੇ, ਮੇਰਾ ਕੌਣ, ਪਰ ਜਦੋਂ ਅੰਦਰ ਦਾ ਹਨੇਰਾ ਪਸਰਦਾ, ਸਭ ਤੋਂ ਪਹਿਲੀ ਗੱਲ ਬੰਦੇ ਨੂੰ ਇਹੀ ਭੁੱਲ ਜਾਂਦਾ ਕਿ ਮੈਂ ਕੌਣ ਹਾਂ, ਉਹਨੂੰ ਅੰਦਰ ਦੀ ਸਮਝ ਹੀ ਨਹੀਂ ਰਹਿੰਦੀ, ਉਸ ਹਨੇਰੇ ਵਿੱਚ ਆਪਣਾ ਆਪ ਹੀ ਇਸ ਨੂੰ ਭੁੱਲ ਜਾਂਦਾ ਹੈ। ਸਤਿਗੁਰੂ ਨੇ ਉੱਥੇ ਬਚਨ ਕਹੇ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਕਿਉਂਕਿ ਅੱਜ ਹਜ਼ੂਰ ਦਾ ਪ੍ਰਕਾਸ਼ ਹੋਣਾ ਹੈ। ਲਿਓ ਆਵਾਜ਼ ਸੁਣੇ ਸਭ ਪੰਥ, ਆਪ ਜੀ ਆਵਾਜ਼ਾਂ ਲਓ। ਅਸੀਂ ਮੁੱਖ ਵਾਕ ਕਹਿੰਦੇ ਹਾਂ, ਪਰ ਪੁਰਾਤਨ ਜਿੰਨੇ ਵੀ ਗ੍ਰੰਥ ਨੇ ਉਹਨਾਂ ਵਿੱਚ ਸ਼ਬਦ ਵਾਕ ਔਰ ਆਵਾਜ਼ਾਂ ਤੇ ਵਾਜਾ ਸ਼ਬਦ ਹੈ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ, ਕਹਿੰਦੇ ਨੇ ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਉਹ ਕੀ ਬਚਨ ਸਨ, ਸਾਨੂੰ ਸਭ ਨੂੰ ਚੇਤੇ ਨੇ ਕਿ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਸੇ ਤਰ੍ਹਾਂ ਇਹ ਨਿਬਿਨਖੀ
ਜਦੋਂ ਹਜ਼ੂਰ ਨੇ ਉਦੋਂ ਵਾਕ ਦੀ ਗੱਲ ਕਹੀ ਕਿ ਜਦੋਂ ਸਿੱਖਾਂ ਤੇ ਕਿਤੇ ਭੀੜਾ ਦਾ ਵਕਤ ਵੀ ਆਇਆ, ਜ਼ੁਲਮ ਦੀ ਹਨੇਰੀ ਵੀ ਝੁੱਲੀ ਤੇ ਉਸ ਵਕਤ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖਲੋ ਕੇ ਅਰਦਾਸ ਕੀਤੀ ਤੇ ਭਰੋਸਾ ਇੰਨਾ ਕਿ ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਇੱਕ ਇੱਕ ਬਚਨ ਅਟਲ ਹੈ, ਪੱਥਰ ਤੇ ਲਕੀਰ ਹੈ, ਇਹਨੂੰ ਕੋਈ ਮੇਟ ਨਹੀਂ ਸਕਦਾ। ਰਤਨ ਸਿੰਘ ਭੰਗੂ ਹੁਣਾਂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਕਰਨੀ ਇਸ ਪਵਿੱਤਰ ਹੁਕਮ ਦੀ ਵਿਚਾਰ ਹੀ ਹੈ। ਸਿਰਫ ਆਰੰਭ ਵਿੱਚ ਇੱਕ ਬੇਨਤੀ, ਅੱਜ ਸਤਿਗੁਰੂ ਨੇ ਤਰਸ ਕੀਤਾ, ਹੁਕਮ ਧੰਨ ਗੁਰੂ ਅਰਜੁਨ ਦੇਵ ਜੀ ਨੇ ਬਖਸ਼ ਦਿੱਤਾ। ਕਾਰਜ ਸਫਲ ਕਰਨ ਦੀ ਗੱਲ ਕਹੀ, ਹਿਰਦੇ ਵਿੱਚ ਚਰਨ ਵਸਾਉਣ ਦੀ ਗੱਲ ਕਹੀ ਕਿ ਗੁਰੂ ਪਰਮੇਸ਼ਵਰ ਦੀ ਪੂਜਾ ਪੁੰਨ ਉਹਦੀ ਕੀਰਤੀ ਏਦੋਂ ਵੱਡੀ ਕੋਈ ਗੱਲ ਹੀ ਨਹੀਂ। ਉਹ ਵੀ ਵਕਤ ਆਇਆ ਕਿ ਜਿਸ ਦਿਨ ਸਿੱਖ ਕਸੂਰ ਨੂੰ ਫਤਿਹ ਕਰਨ ਚੱਲੇ ਨੇ, ਗਿਣਤੀ ਥੋੜੀ ਸੀ ਪਰ ਤਾਕਤ ਵਾਲਾ ਦੁਸ਼ਮਣ ਉਹਦੇ ਕੋਲ ਕਿਲੇ ਨੇ, ਮੈਂ ਜ਼ਿਆਦਾ ਸਾਖੀ ਚ ਨਹੀਂ, ਕਹਿਣ ਲੱਗੇ ਉਹਦੇ ਕੋਲ ਤਾਕਤ ਜ਼ਿਆਦਾ ਆਪਾਂ ਗਿਣਤੀ ਚ ਥੋੜੇ। ਤੇ ਭਾਵਨਾ ਵਾਲਿਆਂ ਕਿਹਾ ਕਿ ਦੁਬਿਧਾ ਤਾਂ ਰਹਿਣੀ ਨਹੀਂ ਚਾਹੀਦੀ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਅਰਦਾਸ ਕਰ ਲਈਏ। ਜੋ ਤੇ ਸ਼ਬਦ ਕਹਿ ਅਰਦਾਸ ਦੇ, ਅਸੀਂ ਪਤਿਤ ਪਾਵਨ ਕਿਰਪਾ ਨਿਧਾਨ ਸ਼ਬਦ ਗੁਰੂ ਵਰਤਨੇ ਆ ਨਾ, ਉਹਨਾਂ ਨੇ ਸ਼ਬਦ ਵਰਤੇ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਇਹ ਸ਼ਬਦ ਵਰਤਿਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਸੱਚੀ ਦੇਖੋ, ਤੁਸੀਂ ਪ੍ਰਤੱਖ ਦੇਖੋ ਪਾਰ ਬ੍ਰਹਮ ਕੀ ਗੁਰੂ ਦੀ ਕਿਰਪਾ ਕਰੋ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ, ਤੁਸੀਂ ਸਾਨੂੰ ਆਪਣਾ ਸੱਚਾ ਹੁਕਮ ਦਿਓ। ਉੱਥੇ ਲਿਖਦੇ ਨੇ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ। ਹੁਣ ਜਦੋਂ ਚੱਕ ਪੱਤਰੇ ਕਿਹਾ ਨਾ, ਇਹਦਾ ਮਤਲਬ ਟੁੱਬਾ ਮਾਰ ਕੇ ਜਿਵੇਂ ਲੈਂਦੇ ਸਨ ਚੁੱਬਾ ਮਾਰ ਕੇ, ਇਹ ਪੁਰਾਤਨ ਗ੍ਰੰਥ ਕਹਿ ਰਿਹਾ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਬਸੰਤ ਵਾਰ ਕੋ ਆਇਓ ਲੇਖਾ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਣ ਵਿੱਚ ਦਇਓ ਖੜੋਵਾ। ਧੰਨ ਗੁਰੂ ਗ੍ਰੰਥ ਸਾਹਿਬ ਦਾ ਹੁਕਮ, ਇਹੀ ਗਲਗੀਧਰ ਪਿਤਾ ਜੀ ਨੇ ਭਾਈ ਨੰਦ ਲਾਲ ਜੀ ਦੇ ਪ੍ਰਸ਼ਨ ਉੱਤਰ ਵਿੱਚ ਕਿਹਾ ਸੀ। ਕਹਿਣ ਲੱਗੇ ਨੰਦ ਲਾਲ, ਦੂਸਰ ਰੂਪ ਗ੍ਰੰਥ ਜੀ ਜਾਨ, ਇਹਨੂੰ ਅੰਗ ਮੇਰੋ ਕਰਮਾਨ, ਰੋਮ ਰੋਮ ਅੱਛਰ ਸੋ ਲਹੂ, ਬਾਤ ਜਥਾਰਥ ਤੁਮ ਸੋ ਕਹੂ, ਜੋ ਸਿੱਖ ਗੁਰਦਰਸ਼ਨ ਕੀ ਚਾਹੈ, ਦਰਸ਼ਨ ਕਰੈ ਗ੍ਰੰਥ ਜੀ ਆਹੈ, ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਖਣਾ ਕਰੈ ਸੁਜਾਨ, ਜੋ ਮਮ ਸਾਤ ਕਰਨ ਚੈ ਬਾਤ, ਗ੍ਰੰਥ ਜੀ ਪੜੈ ਵਿਚਾਰੈ ਸਾਤ, ਜਿਨੇ ਮੇਰੇ ਨਾਲ ਗੱਲ ਕਰਨੀ ਹੈ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪੜੇ, ਉਹਦੇ ਵਿੱਚ ਅਸੀਂ ਇਹਦੇ ਨਾਲ ਗੱਲਾਂ ਕਰਾਂਗੇ। ਅੱਜ ਧੰਨ ਗੁਰੂ ਅਰਜੁਨ ਦੇਵ ਜੀ ਨੇ ਕਿਰਪਾ ਕੀਤੀ, ਹੁਕਮ ਟੋਡੀ ਰਾਗ ਵਿੱਚ ਬਚਨ ਹੈ ਕਿ ਹਰ ਹਰ ਚਰਨ ਹਿਰਦੇ ਉਰ ਧਾਰੇ, ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਹਰ ਹਰ ਚਰਨ ਹਿਰਦੇ ਉਰ ਧਾਰੇ, ਹਿਰਦੇ ਉਰ ਤੇ ਧਾਰੇ, ਹਿਰਦੇ ਵੀ ਸ਼ਬਦ ਖਿਰਦਾ ਹੈ, ਉਰ ਵੀ ਖਿਰਦਾ ਹੈ, ਤੇ ਇਹਤੇ ਸ਼ਬਦ ਦੋ ਵਾਰੀ ਹਰ ਹਰ ਵਰਤਿਆ। ਮਹਾਰਾਜ ਕਿਰਪਾ ਕਰਦੇ ਨੇ ਕਿ ਉਸ ਖਰੀ ਦੇ, ਉਸ ਪ੍ਰਭੂ ਦੇ ਜੋ ਚਰਨ ਨੇ ਨਾ, ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਿਆ। ਹੁਣ ਉਹ ਚਰਨਾਂ ਦੀ ਗੱਲ ਜਦੋਂ ਸਾਹਿਬ ਕਰਦੇ ਨੇ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਗੁਰੂ ਦਾ ਸ਼ਬਦ। ਬਾਣੀ ਵਿੱਚ ਚਰਨਾਂ ਦਾ ਬੜਾ ਜ਼ਿਕਰ ਹੈ, ਅਸੀਂ ਪੜ੍ਹਨੇ ਆ ਮਾਈ ਚਰਨ ਕੁਰ ਮੀਠੇ, ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਕੀ ਪਰਵਾਨ। ਕਿ ਸਤਿਗੁਰੂ ਦੇ ਚਰਨ ਜਿਹੜੇ ਨੇ, ਪ੍ਰਭੂ ਦੇ ਚਰਨ ਜੋ ਨੇ, ਉਹ ਹਿਰਦੇ ਦੇ ਵਿੱਚ ਵਸਾ ਲੈ, ਉਹਨੂੰ ਧਾਰਨ ਕਰ ਲਿਆ, ਅੰਦਰ ਵਸ ਗਏ। ਤੇ ਕਹਿੰਦੇ ਨੇ ਹੁਣ ਸਿਮਰ ਸਵਾਮੀ, ਆਪਣੇ ਵਾਹਿਗੁਰੂ ਜੀ ਨੂੰ ਸਿਮਰ ਕੇ, ਨਾਲ ਸ਼ਬਦ ਸਤਿਗੁਰੂ ਵਰਤਿਆ, ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਆਪਣੇ ਸਮਰੱਥ ਸਤਿਗੁਰੂ ਨੂੰ, ਜਿਸ ਸਤਿਗੁਰੂ ਦੀ ਕਿਰਪਾ ਨਾਲ ਸਵਾਮੀ ਦੀ ਦਾਤ ਨਾਮ ਮਿਲਿਆ, ਕਹਿੰਦੇ ਨੇ ਆਪਣੇ ਸਤਿਗੁਰੂ ਔਰ ਸਵਾਮੀ ਨੂੰ ਚੇਤੇ ਕਰਕੇ ਉਸ ਦੀ ਯਾਦ ਵਿੱਚ ਉਹਦੇ ਸਿਮਰਨ ਚ ਜੁੜੇ, ਤੇ ਸਾਡੇ ਸਾਰੇ ਕਾਰਜ ਜਿਹੜੇ ਨੇ ਨਾ, ਮਾਲਕ ਨੇ ਕਿਰਪਾ ਕਰਕੇ ਸਫਲ ਕਰ ਦਿੱਤੇ। ਸਾਡੇ ਕਾਰਜ ਸ਼ਬਰ ਤੇ ਵਰਤਿਆ ਹਮਾਰੇ, ਸਾਡੇ ਇੱਥੇ ਜ਼ਰੂਰ ਇੱਕ ਅਰਜ਼ ਕਰਾਂ
कि देखो जिंदगी विच कोई बंदा भी नहीं चाहता कि मैनू ना कामयाबी मिले, हर बंदा चाहता है मैनू फतेहयाबी मिले, जो काम मैं करने मैनू एदे विच सफलता मिले। ते दास एक बेनती करदा हुंदा है अक्सर कि सिख जदो अरदास करदा है, देखो साडी अरदास बाहर दे खीलियां वसीलियां तो शुरू नहीं हुंदी कि साडा कोई आसरा है। महाराज कहिंदे जदो दुनिया दा हर वसीला हर उपा हर चीज खत्म हो जाए ना ते फिर भी मना तू उदास ना होई, जदो कोई भी उपा ना रहे तू उदो अरदास करी, क्योंकि परमात्मा दी कृपा ता वर्तन ही उदो लगदी है जदो दुनिया दे उपा सारे खत्म हो जांदे। सतगुरु दा पवित्र दोहरा असी पढ़ने, देखो उहदे विच दो बचन ने, तुहानू सब नू चेते है, मैं ज्यादा उहदे अर्थां च नहीं। एक पासे है कछु ना होत उपाय, उपा नहीं हो सकता, दूजे पासे कहिंदे नहीं क्यों नहीं हो सकता, सब कुछ होत उपाय। हजूर दा पवित्र बचन है कि बल छुटक्यो बंधन परे, ताकत चली गई साडे कोल शक्ति कोई नहीं, बल छुटक्यो बंधन परे कछु ना होत उपाय, इहदा मतलब कोई सहारा कोई ओट कोई आसरा नहीं, ताकत भी कम ना देंदी, धन दी ताकत अकल दी ताकत हथां पैरां दी ताकत, बल छुटक्यो बंधन परे कछु ना होत उपाय, कहो नानक अब ओट हार गज ज्यों हो सहाय। हुण हाथी दी उदाहरण तां है क्योंकि उहदा तां सहारा ही कोई नहीं रह गया, उहदा कोई उपा नहीं, कोई छुड़ाण वाला नहीं, गज्यों हो सहाए। ते अगे साहिब कहिंदे ने बल होवा बंधन छुटे सब किछ होत उपाय। बस आ दो चीजां, संसार कहिंदा कछु ना होत उपाय, ते जदों सिख अरदास करदा गुरु जी कहिंदे नहीं लोकां नूं पता नहीं सब किछ होत उपाय, सब कुछ हो सकदा है, सकदा की खुंदा है। साहिब ने फरमाया बल होवा बंधन छुटे सब किछ होत उपाय, नानक सब किछ तुमरा हाथ में तुमी होत सहाय। ओ परिपूर्ण परमात्मा वाहिगुरु जी आप सहायता करदे ने, आप विच वरतदे ने, भावे असी ए पवित्र शब्द पढ़ने आ कि संतां के कारज आप खलोया, उंजे ए शब्द दी उचारण करन दी भूमिका पढ़ो ना, जो पुराने महापुरखां ने टीकाकारां ने दित्ती है, ओ तां उस थां जिथे हरिमंदर साहिब दी इमारत बनी है, जदों इहदी जमीन पट्टी जा रही सी ना उथे इतिहासक ग्रंथ भाई संतोख सिंह ने लिखिया, उहनां शब्द ने जमीन थोड़ी जी करलाठी सी, पीढ़ी पक्की सी, पट्टी नहीं सी जांदी, ते एक दिन अमृत वेले की देखिया कि नूरानी चेहरे एक हाथ विच टोकरी पकड़ी ते एक हाथ दे विच कही पकड़ी, कहिंदे ने उस थां तों मिट्टी पटदे पए ने, ते कवि संतोख सिंह उहनां ने तां इह शब्द भी लिखे ने कि कही गही कर प्रभ समरथ, उहनां मालक प्रभु परमात्मा कहा। कही दा अर्थ आपां जाणदे आ, गही दा अर्थ हुंदा पकड़ना, कही गही कर प्रभ समरथ, धरी टोकरी दूसर हाथ, हरिमंदर जिस थल चनवाए, खनन लगे तां मृतका आए। मृतका दा अर्थ है मिट्टी, के हरिमंदर जिस थल चनवाए, खनन लगे तां मृतका आए, उस थां तो आप नूरानी चेहरा मिट्टी पट दे, टोकरियां भर के बाहर सड़दे ने। जे सिख पुछदे ने महाराज एह की, उथे कहिंदे ने हजूर शब्द कहिंदे ने संतां के कारज आप खलोया, हर काम करावन आया राम। ओ शक्ति ओ ताकत पावे उन्हां ने शब्द आकार रूप च भी वरते ने, भी ऐसा स्वरूप इस तरह दा, पर हर थां ते जदो अरदास करदा है कोई कारज दी सफलता लई, ते मालक ओहदे कारज विच वरतदा है, ते ओहदी कृपा तो बिना ओहदी बख्शिश तो बिना कला उदम भी कुछ नहीं जे कर सकदा। जे आदमी सोचे भी अपना उदम साडा उपराला साडी मेहनत, क्योंकि मानवी सुभाए ना ए हर थां ते यतन करदा मैं ही सब कुछ कीता, तन गुरु ग्रंथ साहिब कहिंदे नहीं, जदों सिरे भी चढ़ जाए
ਇਹ ਗੱਲ ਯਾਦ ਰੱਖੀ, ਜੇ ਉਹ ਵਿੱਚ ਕਿਰਪਾ ਨਾ ਕਰੇ ਤੇ ਤੇਰਾ ਉਦਮ ਕੁਛ ਵੀ ਨਹੀਂ ਕਰ ਸਕਦਾ, ਤੇਰੇ ਉਦਮ ਨਾਲ ਕੀ ਹੋਵੇਗਾ। ਸਤਿਗੁਰੂ ਦਾ ਉਹ ਪਵਿੱਤਰ ਸ਼ਲੋਕ ਕਿ ਜਿਸ ਵਿੱਚ ਹਜ਼ੂਰ ਨੇ ਕਿਰਪਾ ਕੀਤੀ ਕਿ ਮੰਨ ਲਓ ਰੁੱਖ ਉੱਤੇ ਚੜ੍ਹਨਾ, ਤੇਰੀਆਂ ਬਾਹਾਂ ਚ ਤਾਕਤ ਹੈ, ਤੂੰ ਟਾਹਣੀ ਨੂੰ ਆਪਣੇ ਹੱਥਾਂ ਨਾਲ ਪਕੜ ਸਕਣਾ ਹੈ, ਤੇਰੇ ਪੈਰਾਂ ਵਿੱਚ ਤਾਕਤ ਹੈ, ਤੂੰ ਟਾਹਣ ਦੇ ਉੱਪਰ ਆਪਣਾ ਪੈਰ ਰੱਖ ਸਕਣਾ, ਸ਼ਾਖਾਵਾਂ ਪਕੜ ਕੇ ਟਾਹਣ ਤੇ ਪੈਰ ਰੱਖਦਿਆਂ ਰੱਖਦਿਆਂ ਤੂੰ ਸ਼ਿਖਰ ਤੇ ਪਹੁੰਚ ਜਾ, ਤੇ ਕੀਮਤੀ ਫਲ ਰਸਦਾਇਕ ਉਤਰ ਕੇ ਉਸ ਨੂੰ ਤੋੜ ਕੇ ਉਤਰ ਕੇ ਖਾ, ਤੇ ਫਿਰ ਇਹ ਕਹਿਣ ਲੱਗ ਪਵੇ ਕਿ ਜਿਨ੍ਹਾਂ ਦੀ ਤਾਕਤ ਸੀ ਉਹੀ ਫਲਾਂ ਤੱਕ ਪਹੁੰਚੇ। ਸਤਿਗੁਰੂ ਕਹਿੰਦੇ ਨੇ ਤੇਰੀ ਉਂਗਲਾਂ ਦੀ ਪਕੜ ਕੀ ਕਰਦੀ, ਜੇ ਹੱਥ ਲਾਇਆ ਟਾਹਣੀਆਂ ਹੀ ਟੁੱਟ ਜਾਂਦੀਆਂ, ਤੂੰ ਸਿੱਧਾ ਤੇ ਨਹੀਂ ਗਿਆ, ਟਾਹਣੀਆਂ ਨੂੰ ਹੱਥ ਚ ਪਕੜਿਆ, ਟਾਹਣੀਆਂ ਰੁੱਖ ਦਾ ਸਹਾਰਾ ਬਣੀਆਂ, ਟਾਹਣ ਤੇਰੇ ਸਹਾਰਾ ਬਣੇ, ਤੇਰੇ ਕਾਰਨ ਤੇਰਾ ਉਦਮ ਨਹੀਂ, ਸੱਚ ਇਵੇ ਕਿ ਉਹਦੀ ਕਿਰਪਾ ਵਿੱਚ ਵਰਤਦੀ ਰਹੀ ਤੇ ਤੇਰਾ ਕੀਤਾ ਹੋਇਆ ਉਦਮ ਸਫਲ ਹੁੰਦਾ। ਸਾਹਿਬ ਦੇ ਬਚਨ ਨੇ ਕਬੀਰ ਕਾਰਨ ਬਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ, ਜਹ ਜਹ ਡਾਲੀ ਪੱਗ ਤਰੂ ਸੋਈ ਮੁਰ ਮੁਰ ਜਾਏ। ਜਿਸ ਟਾਹਣੀ ਤੇ ਪੈਰ ਰੱਖਾਂ, ਜੇ ਤੇਰੀ ਸਹਾਇਤਾ ਨਹੀਂ ਉਹਦੀ ਕਿਰਪਾ ਨਾ ਲਿਖੀ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਨਾ ਕਿ ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਾਂ ਤਹਾਂ ਉੱਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਸਤਿਗੁਰੂ ਕਹਿੰਦੇ ਨੇ ਗੁਰਪੂਰਾ ਜਿਨ ਸਿਮਰਿਆ, ਹਰ ਹਰ ਚਰਨ ਹਿਰਦੈ ਉਰਤਾਰੇ, ਸਿਮਰ ਸਵਾਮੀ ਸਭ ਸਤਿਗੁਰ ਆਪਣਾ ਕਾਰਜ ਸਭਲ ਖਮਾਰੇ। ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ, ਨਾਮ ਜਪਿਆ ਸਿਮਰਨ ਕੀਤਾ ਤਰ ਜੀਅੜੇ, ਇੱਕ ਟੇਕ ਤੂੰ ਲਾਏ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਉਸ ਦੀ ਕਿਰਪਾ ਨਾਲ ਕਾਰਜ ਰਾਸ ਆਉਂਦੇ ਨੇ, ਉਹ ਆਪਣੀ ਅਦ੍ਰਿਸ਼ਟ ਸ਼ਕਤੀ ਆਪਣੀ ਰਹਿਮਤ ਵਿੱਚ ਵਰਤਾਉਂਦੇ ਨੇ। ਇੱਕ ਬਚਨ ਖੋਲ ਦੇਖੋ, ਜਿਹੜਾ ਸਿੱਖ ਜਗਿਆਸੂ ਉਸ ਮਾਲਕ ਨੂੰ ਆਪਣੇ ਹਿਰਦੇ ਤੋਂ ਯਾਦ ਕਰਦਾ ਹੈ, ਤੇ ਸਤਿਗੁਰੂ ਕਹਿੰਦੇ ਨੇ ਉਹਦੇ ਕਾਰਜ ਵੀ ਉਹਦੇ ਸਿਰ ਤੇ ਆਪਣਾ ਹੱਥ ਵੀ ਰੱਖਦੇ ਨੇ, ਉਹਦੇ ਉੱਤੇ ਆਪਣੀ ਕਿਰਪਾ ਭਰੀ ਨਿਗਾਹ ਦ੍ਰਿਸ਼ਟੀ ਨਜ਼ਰ ਰੱਖਦੇ ਨੇ। ਇੱਕ ਕੰਮ ਹੋਰ ਕਰਦੇ ਨੇ, ਜਿੱਥੇ ਹੱਥ ਕਿਰਪਾ ਦ੍ਰਿਸ਼ਟੀ ਰੱਖਦੇ ਨੇ ਉਹਨੂੰ ਆਪਣੇ ਕੰਠ ਨਾਲ ਲਾ ਕੇ ਔਗਣ ਮਿਟਾ ਦਿੰਦੇ ਨੇ, ਤੇ ਫਿਰ ਉਸ ਅੰਦਰ ਇੰਨੀ ਬਖਸ਼ਿਸ਼ ਵਰਦੀ ਏ ਕਿ ਜੋ ਆਪਣੀ ਰਸਨਾ ਤੋਂ ਜੋ ਆਪਣੀ ਜ਼ਬਾਨ ਤੋਂ ਕਹਿੰਦਾ ਉਹਦੇ ਕਹਿ ਹੋਏ ਬੋਲ ਇੱਥੇ ਵੀ ਸੱਤ ਹੁੰਦੇ ਨੇ ਤੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਸੱਤ ਹੁੰਦੇ। ਅਸੂਰ ਦੇ ਬਚਨ ਨੇ ਚਤੁਰ ਦਿਸ਼ਾ ਕਿਨੋ ਬਲ ਆਪਣਾ, ਕਿਰਪਾ ਤਾਂ ਚਾਰ ਚਫੇਰੇ ਮਾਲਕ ਦੀ ਵਰਦੀ ਪਈ ਹੈ, ਪਰ ਜਿਹੜੇ ਆਪਣੇ ਬਣ ਜਾਂਦੇ ਨੇ ਉਹਦੇ ਉਹਨਾਂ ਦੇ ਸਿਰ ਤੇ ਆਪਣਾ ਹੱਥ ਰੱਖ ਦਿੰਦਾ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਧਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗਨ ਸਾ ਮੇਟੈ ਦਿਆਲ ਪੁਰਖ ਬਖਸ਼ੰਦ। ਮਹਾਰਾਜ ਕਹਿੰਦੇ ਜੋ ਮੰਗੈ ਠਾਕੁਰ ਆਪਣੇ ਤੇ, ਕਿਉਂ ਨੀ ਕਾਰਜ ਉਹਦੇ ਸਫਲ ਹੋਣੇ, ਜਿਹਦੇ ਸਿਰ ਤੇ ਹੱਥ, ਜਿਹਨੂੰ ਗਲੇ ਨਾ ਲਾਇਆ, ਜਿਹਦੇ ਤੇ ਮੇਹਰ ਭਰੀ ਦ੍ਰਿਸ਼ਟ ਨਜ਼ਰ ਕੀਤੀ। ਸਾਹਿਬ ਨੇ ਕਿਹਾ ਦੇਖੋ ਭਾਈ ਕਿ ਜਦੋਂ ਉਹ ਕਿਰਪਾ ਦ੍ਰਿਸ਼ਟੀ ਕਰਦੇ ਨੇ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ, ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ। ਜੋ ਆਪਣੀ ਰਸਨਾ ਤੋਂ ਕਹਿੰਦਾ ਉਹਦੇ ਕਾਰਜ ਪਰਮਾਰਥ ਦੇ, ਉਹਦੇ ਕਾਰਜ ਸੰਸਾਰ ਦੇ, ਉਹਦੇ ਕਾਰਜ ਦੁਨੀਆਂ ਦੇ, ਉਹਦੇ ਕਾਰਜ ਦੀਨ ਦੇ, ਉਹਦੇ ਕਾਰਜ ਇਸ ਲੋਕ ਦੇ, ਉਹਦੇ ਕਾਰਜ ਅਗਲੇ ਪਰਲੋਕ ਦੇ, ਜਿਹੜਾ ਮਾਲਕ ਦੇ ਚਰਨ ਹਿਰਦੇ ਚ ਵਸਾਂਦਾ ਹੈ, ਸਾਹਿਬ ਕਹਿੰਦੇ ਨੇ ਉਹਦੇ ਕਾਰਜ ਸਫਲ ਹੁੰਦੇ। ਧੰਨ ਗੁਰੂ ਅਰਜਨ ਦੇਵ, ਉਹਨਾਂ ਨੇ ਬਖਸ਼ਿਸ਼ ਇਹ ਕੀਤੀ ਕਿ ਹਰ ਹਰ ਚਰਨ ਹਿਰਦੈ ਉਰਤਾਰੇ, ਸਿਮਰ ਸਵਾਮੀ ਆਪਣੇ ਮਾਲਕ ਨੂੰ ਚੇਤੇ ਕਰਕੇ, ਸਿਮਰਨ ਕਰ ਕਰਕੇ, ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਉਹ ਸਫਲ ਹੋ ਗਏ,
ਗੁਰਸਿੱਖ ਅਨੇਕਾਂ ਨੇ ਕਾਰਜਾਂ ਵਾਸਤੇ ਅਰਦਾਸਾਂ ਕੀਤੀਆਂ ਤੇ ਮਾਲਕ ਉਹਨਾਂ ਦੀ ਅਰਦਾਸ ਸੁਣ ਕੇ ਉਹਨਾਂ ਦੇ ਕਾਰਜ ਵਿੱਚ ਆਪ ਵਰਤਦੇ ਨੇ, ਆਪ ਸਫਲ ਕਰਦੇ ਨੇ। ਅਗਲਾ ਬਚਨ ਹੈ ਕਿ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ। ਪਰਮਾਤਮਾ ਦੀ ਕੀਰਤੀ, ਪਰਮਾਤਮਾ ਦਾ ਸਿਮਰਨ, ਪਰਮੇਸ਼ਵਰ ਜੀ ਪੂਜਾ ਸੱਚ ਏਵੇ ਸਭ ਤੋਂ ਵੱਡਾ ਪੁੰਨ, ਸਭ ਤੋਂ ਵੱਡਾ ਦਾਨ। ਉਸ ਪਰਿਪੂਰਨ ਪਰਮਾਤਮਾ ਦੀ ਕੀਰਤੀ, ਉਸ ਦੀ ਕੀਰਤ ਨਾਲ ਹੀ, ਸਿਮਰਨ ਨਾਲ ਹੀ ਤਤ ਗਿਆਨ ਦੀ ਪ੍ਰਾਪਤੀ ਹੈ। ਗੁਣ ਗਾਵਤ ਅਤੁਲ ਸੁਖ ਪਾਇਆ, ਪਰਮਾਤਮਾ ਦੇ ਵਾਹਿਗੁਰੂ ਦੇ ਗੁਣ ਗਾਉਂਦਿਆਂ ਉਹ ਸੁਖ ਪਾਇਆ ਜਿਹਨੂੰ ਜੋਖਿਆ ਨਹੀਂ ਜਾ ਸਕਦਾ, ਜਿਸ ਨੂੰ ਤੋਲਿਆ ਨਹੀਂ ਜਾ ਸਕਦਾ, ਉਹ ਸੁਖ ਪਾਇਆ ਜਿਸ ਦਾ ਕੋਈ ਮਾਪਦੰਡ ਨਹੀਂ। ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗੰਮ ਅਪਾਰੇ, ਜੋ ਗਮਤਾ ਤੋਂ ਰਹਿਤ ਹੈ ਅਪਾਰ, ਜਿਸ ਦਾ ਪਾਰ ਵਾਲਾ ਬੰਨਾ ਕਿਸੇ ਨਹੀਂ ਪਾਇਆ, ਕਿਉਂਕਿ ਹਰ ਬੰਦਾ ਸੁਖ ਦੀ ਭਾਲ ਵਿੱਚ ਹੈ। ਕਾਰਜ ਸਫਲ ਹੋ ਜਾਏ ਤੇ ਫਿਰ ਅੰਦਰ ਦਾ ਸੁਖ ਮਿਲ ਜਾਏ। ਸਹੂਲਤਾਂ ਹਰ ਇੱਕ ਕੋਲ ਨੇ, ਪਰ ਸੁਖ ਸਾਰਿਆਂ ਕੋਲ ਨਹੀਂ। ਸਾਧਨ ਸਾਰਿਆਂ ਕੋਲ ਨੇ, ਪਰ ਸੁਖ ਅੰਦਰ ਦਾ ਨਹੀਂ। ਸਹੂਲਤ ਵਿੱਚ ਤੇ ਸੁਖ ਵਿੱਚ ਬੜਾ ਅੰਤਰ ਹੈ। ਸਹੂਲਤ ਦਾ ਅਰਥ ਕਿ ਘਰ ਇੱਕ ਸਹੂਲਤ ਹੈ, ਪਰ ਜ਼ਰੂਰੀ ਨਹੀਂ ਕਿ ਜਿੰਨਾ ਵੱਡਾ ਕਿਸੇ ਦਾ ਘਰ ਹੋਵੇ ਉਹ ਅੰਦਰੋਂ ਵੀ ਇੰਨਾ ਸੁਖੀ ਹੋਵੇ। ਘਰ ਸੋਹਣਾ ਹੋ ਸਕਦਾ, ਉਹ ਸਹੂਲਤ ਹੈ। ਮੰਜਾ ਚੰਗਾ ਹੋ ਸਕਦਾ, ਪਰ ਜ਼ਰੂਰੀ ਨਹੀਂ ਉਸ ਮੰਜੇ ਤੇ ਲੇਟਣ ਵਾਲਾ ਹਰ ਰੋਜ਼ ਸੁਖ ਦੀ ਨੀਂਦ ਸੌਂਦਾ ਹੋਵੇ। ਦੇਖੋ, ਸਹੂਲਤਾਂ ਕੁਝ ਹੋਰ ਨੇ, ਸੁਖ ਕੁਝ ਹੋਰ ਹੈ। ਕੱਲੀਆਂ ਸਹੂਲਤਾਂ ਹੋਣ ਤੇ ਪਰਮਾਤਮਾ ਦੀ ਯਾਦ ਨਾ ਹੋਵੇ ਤੇ ਮਹਾਰਾਜ ਕਹਿੰਦੇ ਨੇ ਉਸ ਸਹੂਲਤ ਵਿੱਚੋਂ ਵੀ ਅੰਦਰ ਦਾ ਸੁਖ ਨਹੀਂ। ਸੁੰਦਰ ਸੇਜ ਅਨੇਕ ਸੁਖ, ਅਨੇਕ ਸੁਖ ਸਹੂਲਤ ਹੈ। ਅਨੇਕ ਸੁਖ ਦਾ ਅਰਥ ਪਰਮਾਰਥ ਦਾ ਸੁਖ ਨਹੀਂ ਉੱਥੇ। ਸੁੰਦਰ ਸੇਜ ਅਨੇਕ ਸੁਖ, ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ, ਮੋਤੀ ਘੀਰੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾਹੇ ਵਸੂਰੇ। ਕੋਈ ਚਿੰਤਾ ਵੀ ਨਹੀਂ ਪ੍ਰਤੀਤ ਹੁੰਦੀ, ਪਰ ਸਾਹਿਬ ਕਹਿੰਦੇ ਨੇ ਸਿਮਰਨ ਨਹੀਂ, ਬੰਦਗੀ ਨਹੀਂ, ਮਨ ਇੱਛੇ ਸੁਖਮਾਣ ਦਾ ਕਿਛ ਨਾਹੇ ਵਸੂਰੇ, ਸੋ ਪ੍ਰਭ ਚਿੱਤ ਨਾ ਆਵੀ ਵਿਸਟਾ ਕੇ ਕੀਰੇ। ਮਹਾਰਾਜ, ਅਨੇਕ ਸੁੱਕਿਆ, ਮਨ ਇੱਛੇ ਸੁੱਕਿਆ, ਮਨ ਬਾਂਝ ਸੁਖ ਦੀ ਗੱਲ ਕੀਤੀ। ਕਹਿਣ ਲੱਗੇ ਅਸਲ ਚ ਗੱਲ ਇਹ ਵੇ ਕਿ ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਉਹਦੇ ਅੰਦਰ ਸ਼ਾਂਤੀ ਨਹੀਂ, ਅੰਦਰ ਦਾ ਸੁਖ ਨਹੀਂ। ਅੰਦਰ ਦਾ ਸੁਖ ਪਰਮਾਤਮਾ ਦੀ ਅਮੋਲਕ ਦਾਤ ਹੈ। ਜਦੋਂ ਕੋਈ ਉਸ ਪ੍ਰਭੂ ਦੇ ਗੁਣ ਗਾਉਂਦਾ, ਦਿਨ ਰਾਤ ਉਹਨੂੰ ਜਪਦਾ, ਸਾਹਿਬ ਕਹਿੰਦੇ ਨੇ ਫਿਰ ਉਹਨੂੰ ਉਹ ਅਤੁਲ ਸੁਖ ਮਿਲਦਾ ਕਿ ਜਿਸ ਦਾ ਤੁਲਨਾ ਬਾਹਰ ਦੇ ਕਿਸੇ ਸਹੂਲਤ ਨਾਲ ਨਹੀਂ। ਸਤਿਗੁਰੂ ਦੇ ਬਚਨ ਨੇ, ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁਖ। ਉਹ ਅਤੁਲ ਸੁਖ ਹੈ। ਸਾਹਿਬ ਨੇ ਕਿਹਾ ਸੁਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈਐ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ। ਉਹ ਸੁਖ ਪਰਮਾਤਮਾ ਦੇ ਨਾਮ ਵਿੱਚ। ਸਾਹਿਬ ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਉਸ ਅਤੁਲ ਸੁਖ ਦੀ ਪ੍ਰਾਪਤੀ ਹੋਈ। ਉਸ ਠਾਕੁਰ ਅਗੰਮ ਅਪਾਰ ਵਾਹਿਗੁਰੂ ਜੀ ਦੇ ਨਾਮ ਵਿੱਚੋਂ ਸੁਖ ਮਿਲਿਆ। ਹਜ਼ੂਰ ਨੇ ਤੀਸਰੇ ਇਸ ਪਵਿੱਤਰ ਬਚਨ ਵਿੱਚ, ਕਿਉਂਕਿ ਦੋ ਪਦੇ ਨੇ, ਪਰ ਦੋ ਪਦਿਆਂ ਦੇ ਨਾਲ ਨਾਲ ਅਸਲ ਵਿੱਚ ਇਹ ਛੇ ਤੁਕਾਂ ਦਾ ਸ਼ਬਦ ਹੈ। ਪਦੇ ਦੋ ਨੇ, ਛੇ ਤੁਕਾਂ। ਇੱਕ ਤਾਂ ਪਹਿਲਾ ਪਦਾ ਦੋ ਤੁਕਾਂ, ਰਹਾਉ ਦਾ ਪਵਿੱਤਰ ਜਿਹੜਾ ਬਚਨ ਹੈ ਉਸ ਦੇ ਅੰਦਰ ਕਿਰਪਾ ਕੀਤੀ ਸਤਿਗੁਰੂ ਨੇ, ਤੇ ਅਖੀਰ ਇਹ ਦੋ ਬਚਨ। ਸਾਹਿਬ ਕਹਿੰਦੇ ਨੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਜਿਨ੍ਹਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੇ ਬਣਾ ਲਿਆ, ਆਪਣੇ ਕਰ ਲਿਆ, ਤਿਨਕਾ ਬਾਹੁਰ ਕੱਛ ਨਾ ਵਿਚਾਰੇ। ਹੁਣ ਦੇਖੋ ਇਹਦਾ ਮਤਲਬ ਕੀ, ਉਹ ਔਗਣ ਨਹੀਂ ਕਰਦੇ। ਕੱਛ ਨਾ ਵਿਚਾਰੇ ਦਾ ਅਰਥ ਕਿ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਨਾ, ਪਿਆਰਿਓ ਫਿਰ ਸੱਚ ਇਹ ਵੀ ਉਹਦੇ ਗੁਣ ਔਗਣ ਥੋੜਾ ਉਚਤਾਰਦਾ। ਜਿਹਨੂੰ ਆਪਣਾ ਬਣਾ ਲਿਆ ਹੈ, ਨਿਗਰਾਨੀ ਰੱਖਦੇ ਨੇ, ਜਦੋਂ ਜਗਿਆਸੂ ਤੁਰਦਾ ਪਾਰ ਬ੍ਰਹਮ ਪਰਮੇਸ਼ਵਰ ਵੇਖਦੇ ਨੇ, ਤੇ ਜਦੋਂ ਪ੍ਰਵਾਨ ਹੋ ਜਾਂਦਾ ਤੇ ਫਿਰ ਉਦੋਂ ਉਹਦੇ ਆਪਣੀ ਛਤਰ ਛਾਇਆ ਥੱਲੇ ਰੱਖਦੇ ਨੇ, ਪਰ ਉਹਦੇ ਕੀਤੇ ਨੂੰ
ਇਹ ਨਹੀਂ ਕਹਿੰਦੇ ਵੀ ਇਹ ਗਲਤ ਕਰੇਗਾ, ਕਹਿਣ ਲੱਗੇ ਜੋ ਕੁਝ ਇਹ ਕਰ ਰਿਹਾ ਹੈ ਇਹ ਸਹੀ ਹੀ ਕਰ ਰਿਹਾ, ਉਹਦੇ ਕੀਤੇ ਹੋਏ ਨੂੰ ਫਿਰ ਵਿਚਾਰ ਦੇ ਨਿਖ, ਪਰ ਜਿਹੜੇ ਆਪਣੇ ਬਣਾ ਲਏ, ਜਿਨ੍ਹਾਂ ਨੂੰ ਆਪਣੇ ਬਣਾ ਲਿਆ ਤੇ ਸੱਚ ਇਹ ਵੀ ਜਿਹੜੇ ਉਹਦੇ ਬਣ ਜਾਣ ਹਕੀਕਤ ਵਿੱਚ ਕਿ ਸਾਰਾ ਸੰਸਾਰ ਹੀ ਉਹਨਾਂ ਦਾ ਆਪਣਾ ਹੋ ਜਾਂਦਾ ਹੈ। ਬਾਬਾ ਫਰੀਦ ਸਾਹਿਬ ਉਹਨਾਂ ਨੇ ਇਹੀ ਬਚਨ ਕਹੇ ਸਨ ਗੁਰਦੇਵ ਜੀ ਦੇ ਪਵਿੱਤਰ ਬਚਨਾਂ ਵਿੱਚੋਂ ਹੀ ਕਿ ਆਪ ਸਵਾਰੇ ਮੈਂ ਮਿਲੇ, ਆਪਣੇ ਬਣਾ ਲਿਆ ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਆਪਣੇ ਬਣਾ ਲਿਆ ਨਾ ਸਾਰੀ ਦੁਨੀਆ ਫਿਰ ਉਹਨਾਂ ਦੀ ਬਣ ਗਈ। ਸਤਿਗੁਰੂ ਬਚਨ ਕਰਦੇ ਨੇ ਕਿ ਜਿਨ੍ਹਾਂ ਨੂੰ ਪਰਿਪੂਰਨ ਪਰਮਾਤਮਾ ਨੇ ਆਪਣੇ ਬਣਾ ਲਿਆ ਉਹਨਾਂ ਦਾ ਕੋਈ ਗੁਣ ਉਹਨਾਂ ਦਾ ਔਗਣ ਉਹਨਾਂ ਦਾ ਕਰਮ ਲੇਖਾ ਕੋਈ ਨਾ ਵਿਚਾਰਿਆ। ਸਾਹਿਬ ਜੀ ਦੇ ਬਚਨਾਂ ਮੁਤਾਬਕ ਕਿ ਨਾਮ ਰਤਨ ਸੁਣ ਜਪ ਜਪ ਜੀਵਾਂ, ਕਹਿੰਦੇ ਨੇ ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ, ਉਸ ਨਾਮ ਰਤਨ ਨੂੰ ਸੁਣਨਾ ਜਪਣਾ ਦੋ ਸ਼ਬਦ ਨੇ। ਭਾਵੇਂ ਇੱਥੇ ਪਹਿਲਾਂ ਬਚਨ ਸੁਣ ਕੇ ਆਖ ਹੈ, ਠੀਕ ਹੈ ਸੁਣ ਦਾ ਸੰਬੰਧ, ਕਈ ਵਾਰੀ ਦਾਸ ਅਰਜ਼ ਕਰਦਾ ਆ ਬਾਹਰ ਮੁਖੀ ਕੰਨਾਂ ਨਾਲ ਹੈ, ਬੋਲਾਂਗੇ ਕੰਨ ਸੁਣਗੇ, ਪਰ ਦਰਅਸਲ ਕਿ ਇੱਕ ਉਹ ਬਖਸ਼ਿਸ਼ ਗੁਰੂ ਦੀ ਕਿ ਜਿਹਦੇ ਵਿੱਚ ਸਿਰਫ ਸੁਣਿਆ ਹੀ ਸੁਣਿਆ ਜਾਂਦਾ ਹੈ, ਬੋਲਿਆ ਨਹੀਂ ਜਾਂਦਾ। ਇੱਥੇ ਦੋ ਗੱਲਾਂ ਨੇ, ਇੱਕ ਜਪਣਾ ਤੇ ਦੂਜਾ ਸੁਣਨਾ, ਬਾਣੀ ਚ ਧਿਆਉਣਾ ਅਰਾਧਨਾ ਜਪਣਾ ਸਿਮਰਨਾ, ਅਨੇਕਾਂ ਹਜ਼ੂਰ ਨੇ ਸ਼ਬਦ ਵਰਤੇ ਨੇ। ਜਦੋਂ ਜਪਦੇ ਹਾਂ ਉਦੋਂ ਇਹਨੂੰ ਸੁਣਾਨੇ ਹਾਂ ਕਿ ਇਹ ਕੰਨ ਸੁਣ ਲੈਣ ਅੰਦਰ ਸੁਣੇ, ਜਦੋਂ ਉਹ ਪਵਿੱਤਰ ਜਪਿਆ ਹੋਇਆ ਨਾਮ ਧੁਰ ਅੰਦਰ ਚਲਾ ਜਾਂਦਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਕਥਨ ਮੁਤਾਬਕ ਬਚਨਾਂ ਮੁਤਾਬਕ ਫਿਰ ਜਪੀ ਦਾ ਨਹੀਂ, ਉਸ ਜਪੇ ਹੋਏ ਨੂੰ ਆਪ ਸੁਣਿਆ ਜਾਂਦਾ ਹੈ। ਉਹ ਫਿਰ ਬਾਹਰ ਮੁਖੀ ਠੀਕ ਹੈ ਕੰਨਾਂ ਦਾ ਵਿਸ਼ਾ ਵੀ ਆਪਾਂ ਕਹਾਂਗੇ, ਪਰ ਹੈ ਤਾਂ ਉਹ ਅੰਦਰੂਨੀ ਉਹ ਧੁਨੀ ਜਿਸ ਨੂੰ ਨਾਮ ਅਭਿਆਸੀ ਦਿਨ ਰਾਤ ਸੁਣਦਾ ਹੈ ਤੇ ਸੁਣਦਿਆਂ ਸੁਣਦਿਆਂ ਹੀ ਉਹਦੇ ਅੰਦਰ ਪਰਮਾਤਮਾ ਦਾ ਖੇੜਾ ਉਹਦੀ ਬਖਸ਼ਿਸ਼ ਹੈ। ਪਰ ਪਹਿਲਾਂ ਜਪੇ ਫਿਰ ਸੁਣੇਗਾ। ਇਸ ਨੂੰ ਮਹਾਰਾਜ ਜੀ ਨੇ ਮਾਘ ਦੇ ਮਹੀਨੇ ਚ ਕਿਹਾ ਕਿ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਉਹਨੂੰ ਸੁਣ, ਤੇ ਅਸਲ ਚ ਸੁਣਨਾ ਹੈ ਬੜਾ ਮੁਸ਼ਕਲ, ਬੋਲਣਾ ਸੌਖਾ। ਜੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹੈ ਕਿ ਬੋਲਣਾ ਬੰਦੇ ਲਈ ਸੌਖਾ ਹੈ ਤੇ ਸੁਣਨਾ ਬਹੁਤ ਮੁਸ਼ਕਲ ਹੁੰਦਾ ਹੈ, ਪਰ ਜਦੋਂ ਕੋਈ ਇਕਾਂਤ ਵਿੱਚ ਬੈਠ ਕੇ ਉਸ ਨਾਮ ਨੂੰ ਸੁਣਦਾ ਹੈ, ਅਸੀਂ ਸਰਵਣ ਭਗਤੀ ਵੀ ਮੰਨਦੇ ਹਾਂ ਨਵਦਾ ਭਗਤੀ ਵਿੱਚੋਂ, ਤੇ ਸਤਿਗੁਰੂ ਨੇ ਤਾਂ ਚਾਰ ਪੌੜੀਆਂ ਜਪਜੀ ਸਾਹਿਬ ਵਿੱਚ ਸੁਣ ਨਾਲ ਹੀ ਸੰਬੰਧਿਤ ਰੱਖੀਆਂ, ਤੇ ਨਾਲ ਦੇਖੋ ਦੋ ਤਿੰਨ ਤਾਵਾਂ ਤੇ ਖਾਸ ਕਰਕੇ ਜਪਜੀ ਸਾਹਿਬ ਵਿੱਚ ਸੁਣ ਦਾ ਵੇਰਵਾ ਪਾਇਆ। ਜਦੋਂ ਅਸੀਂ ਇਹ ਪਵਿੱਤਰ ਬਚਨ ਪੜ੍ਹਨੇ ਆ ਕਿ ਹਜ਼ੂਰ ਨੇ ਕਿਹਾ ਗਾਵੀਐ, ਉਸ ਤੋਂ ਬਾਅਦ ਕੀ ਸੁਣੀਐ, ਗਾ ਉਹਨੂੰ ਸੁਣ ਧਿਆਨ ਨਾਲ, ਜੋ ਕਹਿ ਰਹੇ ਉਹਨੂੰ ਸੁਣ, ਪਰ ਅਸਲੀਅਤ ਇਹ ਸੁਣਿਆ ਜੈ ਮਨ ਦੀ ਹਾਜ਼ਰੀ ਵਿੱਚ। ਕਈ ਵਾਰੀ ਜ਼ਬਾਨ ਬੋਲੀ ਜਾਂਦੀ ਏ, ਮਨ ਨਹੀਂ ਸੁਣਦਾ, ਨਾ ਸੁਣ ਕਰਕੇ ਨਿਤਨਿਮ ਕਰਦਿਆਂ ਵੀ ਬੰਦਾ ਕਹਿੰਦਾ ਮੈਂ ਪਾਠ ਮੁਕੰਮਲ ਕੀਤਾ ਹੈ ਕਿ ਨਹੀਂ, ਕਿਉਂਕਿ ਅੰਦਰ ਨੇ ਨਹੀਂ ਸੁਣਿਆ, ਜ਼ਬਾਨ ਬੋਲੀ ਜਾ ਰਹੀ ਹੈ। ਸਾਹਿਬ ਕਹਿੰਦੇ ਨੇ ਉਹਨੂੰ ਗਾ, ਜੋ ਗਾ ਰਿਹਾ ਉਹਨੂੰ ਸੁਣ, ਕੱਲਾ ਕੰਨਾਂ ਨਾਲ ਨਹੀਂ ਉਹਨੂੰ ਅੰਦਰ। ਹਜ਼ੂਰ ਨੇ ਕਾਕ ਪਸੁੰਡ ਵਾਲਾ ਇੱਕ ਪ੍ਰਸੰਗ ਆਉਂਦਾ ਗੁਰੂ ਨਾਨਕ ਪ੍ਰਕਾਸ਼ ਵਿੱਚ, ਉੱਥੇ ਸਤਿਗੁਰੂ ਨੇ ਨਾ ਸੁਣ ਦਾ ਜ਼ਿਕਰ ਬੜੀ ਵਾਰੀ ਕੀਤਾ ਹੈ, ਇੱਥੋਂ ਤੱਕ ਕਿ ਸਤਿਗੁਰੂ ਨੇ ਤੇ ਬਾਣੀ ਵਿੱਚ ਵੀ ਕਿਹਾ ਜਦੋਂ ਕਿਤੇ ਗੁਰਮੁਖ ਕੋਲ ਜਾਏ ਉੱਥੇ ਜਾ ਕੇ ਪਹਿਲਾਂ ਸੁਣਾ ਨਾ, ਪਹਿਲਾਂ ਧਿਆਨ ਦੇ ਨਾਲ ਉੱਥੇ ਜਾ ਕੇ ਸੁਣ। ਹੁਣ ਸੁਣਾਉਣ ਲੱਗ ਪਏ ਤੂੰ, ਹਜ਼ੂਰ ਦੇ ਬਚਨ ਨੇ ਨਾ ਸੰਤ ਮਿਲੇ ਕਿਛ ਸੁਣੀਐ, ਪਹਿਲਾਂ ਸੁਣੀਐ ਹੈ ਕਹੀ ਹੈ ਬਾਅਦ ਵਿੱਚ ਗਏ, ਪਹਿਲਾਂ ਸੁਣ ਤਾਂ ਸਹੀ ਕਿਉਂਕਿ ਸੁਣਨਾ ਬੜਾ ਮੁਸ਼ਕਲ ਹੈ। ਸੰਤ ਮਿਲੇ ਕਿ ਸੁਣੀਐ ਕਹੀਐ, ਮਿਲੇ ਅਸੰਤ ਮਸਤ ਕਰ ਰਹੀ ਹੈ। ਸਾਹਿਬ ਜੀ ਨੇ ਕਿਹਾ ਜਬ ਲਗ ਦੁਨੀਆ ਰਹੀ ਹੈ ਨਾਨਕ ਕੇ ਸੁਣੀਐ, ਕਿਛ ਕਹੀਐ ਕੁਝ ਸੁਣ। ਸਤਿਗੁਰੂ ਨੇ ਦੇਖੋ ਬਚਨ ਕੀਤੇ, ਉੱਥੇ ਗੱਲ ਚੱਲੀ ਸਰੋਤੇ ਦੀ, ਭਾਵੇਂ ਆ ਬਾਰ ਮੁਖੀ ਹਜ਼ੂਰ ਨੇ ਇਹ ਫਰਮਾਇਆ ਕੀਰਤਨ ਹੁੰਦਾ ਹੈ
ਅਸੀਂ ਸੁਣਨੇ ਆ ਇਸ ਕੰਨਾਂ ਨੇ ਪਵਿੱਤਰ ਹੀ ਤਾਂ ਹੋਣਾ ਹੈ ਜਦੋਂ ਇਹ ਬਾਣੀ ਸੁਣਗੇ। ਇਹਨਾਂ ਦੀ ਪਵਿੱਤਰਤਾ ਹੀ ਇਹਦੇ ਨਾਲ ਹੈ। ਹਜ਼ੂਰ ਨੇ ਕਿਹਾ ਜਦੋਂ ਕਥਾ ਕੀਰਤਨ ਕੀਰਤਨ ਹੁੰਦਾ ਗਾਇਆ ਜਾਂਦਾ ਉਦੋਂ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਲੋਕ ਬੈਠੇ ਹੁੰਦੇ ਨੇ ਉਹਨਾਂ ਵਿੱਚੋਂ ਪੰਜ ਤਰ੍ਹਾਂ ਦੀ ਸਰੋਤ ਹੁੰਦੀ। ਮਹਾਰਾਜ ਪੰਜ ਤਰ੍ਹਾਂ ਦੀ ਸਰੋਤ ਕੈਸੀ? ਗੱਲ ਸਿਰਫ ਚੱਲੀ ਨਾਮ ਨੂੰ ਸੁਣ ਉਹਨੂੰ ਜਪ ਇਹਦੇ ਵਿੱਚ ਹੀ ਜ਼ਿੰਦਗੀ ਹੈ। ਮਹਾਰਾਜ ਕਹਿੰਦੇ ਨੇ ਪਹਿਲੀ ਤਰ੍ਹਾਂ ਦਾ ਸਰੋਤਾ ਤੇ ਹੁੰਦਾ ਹੈ ਕਿ ਜਿਹੜਾ ਸ਼ਾਇਦ ਬਾਣੀ ਨੂੰ ਉਨਾ ਪਿਆਰ ਨਹੀਂ ਕਰਦਾ, ਖਿਮਾ ਕਰਿਓ, ਜਿਹੜਾ ਸਿਰਫ ਇਹ ਸੁਣਨ ਵਾਸਤੇ ਆਉਂਦਾ ਕਿ ਅੱਜ ਫਲਾਣਾ ਬੰਦਾ ਆਇਆ, ਉਹ ਕਲਾਸੀਕਲ ਬਹੁਤ ਗਾਉਂਦਾ ਹੈ, ਉਹਨੂੰ ਰਾਗਾਂ ਦੀ ਬੜੀ ਸਮਝ ਹੈ, ਉਹ ਰੁਟੀਨ ਚ ਨਹੀਂ ਸੁਣਦਾ, ਉਹ ਰਾਗ ਸੁਣਨ ਵਾਸਤੇ ਆ ਗਿਆ, ਉਹਦਾ ਸ਼ਬਦ ਵੱਲ ਕੋਈ ਧਿਆਨ ਨਹੀਂ, ਪੂਰੇ ਦਾ ਪੂਰਾ ਧਿਆਨ ਰਾਗ ਵੱਲ ਹੈ। ਇਹ ਬੇਨਤੀ ਕਰਾਂ, ਬਾਣੀ ਰਾਗ ਬੱਧ ਹੈ ਪਰ ਪ੍ਰਧਾਨਤਾ ਸ਼ਬਦ ਦੀ ਹੈ, ਸੰਗੀਤ ਦੀ ਨਹੀਂ। ਜੇ ਆਪਾਂ ਕਹੀਏ ਵੀ ਇਕੱਲਾ ਸੰਗੀਤ ਹੀ ਰਹਿ ਜਾਏ ਤੇ ਸ਼ਬਦ ਵਿੱਚੋਂ ਅਲੋਪ ਹੀ ਹੋ ਜਾਏ, ਸੁਣਾਈ ਨਾ ਦੇ, ਗਾਇਆ ਕੀ ਜਾ ਰਿਹਾ ਹੈ? ਕਹਿਣ ਲੱਗੇ ਇੱਕ ਆਉਂਦੇ ਨੂੰ ਧਿਆਨ ਨਾਲ ਰਾਗ ਸੁਣਦੇ ਨੇ, ਬਹੁਤ ਸੋਹਣਾ ਗਾਇਆ, ਕਲਾਸੀਕਲ ਗਾਇਆ। ਕਹਿਣ ਲੱਗੇ ਦੂਜੇ ਜਿਹੜੇ ਨੇ ਨਾ ਉਹ ਸੁਰਾਂ ਵੱਲ ਧਿਆਨ ਰੱਖਦੇ ਨੇ, ਜੋ ਵਾਜਾ ਵੱਜੇ ਤਾਂ ਤੰਤੀ ਸਾਜ ਹੋਵੇ ਉਹਦੀ ਸੁਰ ਵੱਲ ਧਿਆਨ ਰੱਖਣਾ, ਬੇਸੁਰਾ ਤੇ ਨਹੀਂ ਹੋ ਗਿਆ ਕਿਤੇ। ਕਹਿਣ ਲੱਗੇ ਤੀਸਰਾ ਜਿਹੜਾ ਹੈ ਉਹ ਆ ਕੇ ਕੀ ਕਰਦਾ ਹੈ, ਵਾਜਾ ਵੱਜਦਾ ਤੇ ਉਹਨੂੰ ਧਿਆਨ ਦੇ ਨਾਲ ਉਹ ਵਾਜੇ ਨੂੰ ਤਬਲੇ ਨੂੰ ਇਕੱਠਿਆਂ ਸੁਣਦਾ, ਤੇ ਚੌਥਾ ਉਹ ਵੇ ਜਿਹੜਾ ਕੇਵਲ ਤਾਲ ਹੀ ਸੁਣਦਾ, ਪੰਜਵਾਂ ਸਰੋਤਾ ਉਹ ਵੇ ਜਿਹੜਾ ਸਭ ਤੋਂ ਉੱਪਰ ਉੱਠ ਕੇ ਕਹਿੰਦਾ ਜਿੰਨਾ ਸਮਾਂ ਮੈਂ ਬੈਠਾ ਵਾਂ ਜੋ ਕੁਝ ਗਾਇਆ ਗਿਆ ਉਹ ਕੀ ਸੀ ਤੇ ਜੋ ਕੁਝ ਗਾਇਆ ਗਿਆ ਉਹਦਾ ਮੇਰੇ ਅੰਦਰ ਨਾਲ ਕੀ ਸੰਬੰਧ ਹੈ। ਵੈਸੇ ਗੁਰੂ ਨਾਨਕ ਪ੍ਰਕਾਸ਼ ਦੀਆਂ ਸਤਰਾਂ ਨੇ ਕਿ ਸਰੋਤਾ ਜਗ ਮੈਂ ਪੰਚ ਪ੍ਰਕਾਰਾ, ਸੋ ਹੂੰ ਤੁਮ ਸੋ ਕਰੂੰ ਉਚਾਰਾ, ਰਾਗ ਰਾਗ ਨੀ ਸਮਝੈ ਏਕਾ, ਦੂਜੈ ਸੁਰ ਕੋ ਲਖੈ ਬਿਬੇਕਾ, ਤੀਜੋ ਸੁਣੈ ਤਾਲ ਹਿਤ ਦਇਆ, ਚਤੁਰਤ ਬਾਦਤ ਕੋ ਰਸ ਲਇਆ। ਮਹਾਰਾਜ ਕਹਿੰਦੇ ਤਿੰਨ ਚਾਰ ਹੋ ਗਏ, ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਸਰੋਤਾ ਸਭਨ ਮੈਂ ਪ੍ਰਵੀਨਾ। ਜਿਨ੍ਹੇ ਉਸ ਸ਼ਬਦ ਦੇ ਭਾਵ ਨੂੰ ਸਮਝਿਆ ਉਹਨੂੰ ਅੰਦਰ ਵਸਾਇਆ। ਖੈਰ ਕਿ ਦੇਖੋ ਆਪੋ ਆਪਣੇ ਅੰਦਰ ਦੀ ਬਿਰਤੀ ਹੈ। ਆਮ ਤੌਰ ਤੇ ਵੈਸੇ ਬੰਦਾ ਤਕਰੀਬਨ ਅੱਜ ਕੱਲ ਪਹਿਲੇ ਤਿਆਰ ਹੋ ਕੇ ਆਉਂਦਾ, ਮੈਂ ਸੁਣਨਾ ਕੀ ਹੈ, ਜੋ ਉਹਦੇ ਮਨ ਨੂੰ ਭਾਏ ਉਹ ਸੁਣ ਲੈਂਦਾ, ਜੋ ਨਹੀਂ ਚੰਗਾ ਲੱਗਦੇ ਭਾਵੇਂ ਉਹ ਗੱਲ ਕਿੰਨੀ ਕੀਮਤੀ ਹੋਵੇ, ਜੋ ਉਹਨੂੰ ਸੱਚਾਈ ਨਹੀਂ ਚੰਗੀ ਲੱਗਦੀ ਹੋ ਸਕਦਾ ਉਹਨੂੰ ਸੱਚ ਦਏਗਾ। ਮਹਾਰਾਜ ਕਹਿੰਦੇ ਉਹਨੂੰ ਗਾ ਗਾ ਤੋਂ ਬਾਅਦ ਸੁਣ, ਗਾਵੀਏ ਸੁਣੀਏ ਮਨ ਰੱਖੀਏ ਭਾਉ, ਇੰਨਾ ਗਹਿਰਾ ਸੁਣੇਗਾ ਫਿਰ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਦੂਸਰਾ ਬਚਨ ਜਪਜੀ ਸਾਹਿਬ ਦੀ ਬਾਣੀ ਵਿੱਚ ਵੀ ਹੈ, ਹਜ਼ੂਰ ਨੇ ਕਿਹਾ ਸੁਣਿਆ ਮੰਨਿਆ ਮਨ ਕੀਤਾ ਭਾਉ। ਪਹਿਲਾਂ ਕਿਹਾ ਗਹਿਰਾ ਸੁਣੇਗਾ ਦੁੱਖਾਂ ਦਾ ਨਾਸ਼ ਹੋਵੇਗਾ ਸੁੱਖ ਮਿਲੇਗਾ, ਤੇ ਇਸ ਬਚਨ ਵਿੱਚ ਕਿਹਾ ਜੇ ਸੁਣ ਲਏ ਉਹਨੂੰ ਮੰਨ ਲਏ ਮਨ ਵਿੱਚ ਭਾਵਨਾ ਬਣ ਜਾਏ ਤੇਰਾ ਅੰਦਰ ਹੀ ਤੀਰਥ ਸਥਾਨ ਬਣ ਜਾਏਗਾ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ। ਇਹ ਚਾਰ ਪੌੜੀਆਂ ਸਤਿਗੁਰੂ ਨੇ ਕਿਰਪਾਲਤਾ ਕੀਤੀ ਜਿਹੜੇ ਗਹਿਰੇ ਤਲ ਤੇ ਅੰਦਰੋਂ ਸੁਣਦੇ ਨੇ। ਇੱਕ ਮੈਂ ਫਿਰ ਅਰਜ ਕਰਾਂ, ਬੋਲਣਾ ਉੱਚੀ ਆਵਾਜ਼ ਵਿੱਚ ਬੋਲਣਾ, ਉਸ ਪਰਮਾਤਮਾ ਦੇ ਨਾਮ ਨੂੰ ਸਹਿਜ ਵਿੱਚ ਬੋਲਣਾ, ਉਸ ਬੋਲੇ ਹੋਏ ਨੂੰ ਫਿਰ ਆਦਮੀ ਆਪਣੇ ਅੰਦਰ ਸੁਣੇ, ਜੋ ਬੋਲਿਆ ਹੈ ਇਕਾਂਤ ਵੀ ਸੁਣੇ। ਹਰ ਬੰਦੇ ਦੇ ਅੰਦਰ ਹਰ ਵਕਤ ਜਾਗਦਿਆਂ ਕੋਈ ਨਾ ਕੋਈ ਖਿਆਲ ਕੋਈ ਨਾ ਕੋਈ ਫੁਰਨਾ ਚੱਲਦਾ ਹੀ ਰਹਿੰਦਾ ਹੈ, ਤੇ ਬੰਦਾ ਉਹਦਾ ਫੁਰਨਿਆਂ ਨੂੰ ਦੇਖਦਾ ਸੁਣਦਾ ਹੈ। ਮਹਾਰਾਜ ਕਹਿੰਦੇ ਨੇ ਜੋ ਕੋਈ ਤੂੰ ਜਪਿਆ ਉਹਨੂੰ ਇਕਾਂਤ ਵਿੱਚ ਅੰਦਰੋਂ ਸੁਣ। ਤੇ ਮਹਾਰਾਜ ਇਹ ਸੁਣ ਦੀ ਸਾਧਨਾ ਕਿੰਨੀ ਉੱਚੀ? ਕਹਿੰਦੇ ਇਹਦਾ ਫਲ ਇਹ ਮਿਲੇਗਾ ਕਿ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋ ਨਾ ਸਕੈ ਕਾਲ। ਗਹਿਰਾ ਸੁਣੇਗਾ ਨਾ, ਉਹਦਾ ਸੰਬੰਧ ਖੇੜੇ ਨਾਲ ਦਿੱਤਾ, ਕਿਉਂਕਿ ਚਾਰੇ ਜਿਹੜੀਆਂ ਪਵਿੱਤਰ ਪੌੜੀਆਂ ਨੇ ਸੰਪੰਨਤਾ ਇੱਕ ਹੀ ਦੋ ਤੁਕਾਨਾ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼।
ਉਂਜ ਵੈਸੇ ਮਹਾਰਾਜ ਜੀ ਦੀ ਬਾਣੀ ਚ ਨਾ ਸੁਣਨਾ, ਬੋਲਣਾ, ਮੰਨਣਾ, ਗਾਉਣਾ ਇਹਨੂੰ ਸੰਸਾਰਕ ਭੋਜਨ ਨਾਲ ਵੀ ਤੁਲਨਾ ਦਿੱਤੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਦੇਖੋ ਸਾਰੀਆਂ ਗੱਲਾਂ ਨੇ ਬੋਲਣਾ, ਗਾਣਾ, ਸੁਣਨਾ, ਮੰਨਣਾ, ਮਹਾਰਾਜ ਕਹਿੰਦੇ ਨੇ ਇਹਨੂੰ ਭੋਜਨ ਨਾਲ ਤੁਲਨਾ ਕਿਵੇਂ ਦਿੱਤੀ। ਕਹਿੰਦੇ ਸੁਣਨਾ ਬਹੁਤ ਉੱਤਮ, ਪਰ ਇਸ ਤੋਂ ਅਗਲੀ ਗੱਲ ਵੀ ਜੀ ਕਹੀ ਉਹ ਮੰਨਣਾ ਹੈ। ਮਹਾਰਾਜ ਕਹਿੰਦੇ ਨੇ ਜਿਹੜਾ ਮੰਨ ਲੈਗਾ ਨਾ, ਸਵੀਕਾਰ ਲੈਂਦਾ ਹੈ, ਉਹ ਮਾਨੋ ਮਿੱਠੇ ਪਦਾਰਥ ਛਕਦਾ ਹੈ। ਜਿਹੜਾ ਸੁਣਦਾ ਕਹਿਣ ਲੱਗੇ ਉਹ ਸਲੂਣੇ, ਜਿਹੜਾ ਬੋਲਦਾ ਹੈ ਕਹਿਣ ਲੱਗੇ ਉਹ ਖੱਟ ਤੁਰਸ਼ੀ ਹੈ, ਤੇ ਮਹਾਰਾਜ ਜਿਹੜਾ ਕੀਰਤਨ ਕਰਦਾ ਕਹਿਣ ਲੱਗੇ ਉਹ ਤਾਂ ਇਸ ਤਰ੍ਹਾਂ ਜਿਵੇਂ ਪ੍ਰਸ਼ਾਦਾ ਤਿਆਰ ਕਰਦਿਆਂ ਵਿੱਚ ਕੋਈ ਮਸਾਲਾ ਪਾਉਂਦਾ ਹੋਵੇ। ਤੇ ਮਹਾਰਾਜ ਜਿਹਦੇ ਅੰਦਰ ਸੁਣ ਕੇ, ਗਾ ਕੇ, ਬੋਲ ਕੇ, ਮੰਨ ਕੇ ਭਾਵਨਾ ਬਣ ਜਾਏ, ਕਹਿਣ ਲੱਗੇ ਜਿਹਦੀ ਭਾਵਨਾ ਪ੍ਰਬਲ ਹੈ ਉਹ ਮਨ ਨੂੰ 36 ਪ੍ਰਕਾਰ ਦੇ ਭੋਜਨ ਨੇ, ਸਭ ਰਸ ਮਿੱਠਾ ਮੰਨਿਆ। ਮਹਾਰਾਜ ਜੀ ਨੇ ਪਹਿਲਾਂ ਮੰਨਣੇ ਤੇ ਸ਼ਬਦ ਵਰਤਿਆ, ਸਾਰੇ ਰਸ ਮੰਨਣ ਵਿੱਚ ਸਭ ਰਸ ਮਿੱਠਾ, ਮਿੱਠੇ ਨਾਲ ਸੰਬੰਧ, ਮੰਨਣਾ ਮਿੱਠਾ ਹੈ। ਤਾਂ ਹੀ ਅਸੀਂ ਭਾਣਾ ਸ਼ਬਦ ਤਾਂ ਅੰਦਰ ਦੀ ਅਵਸਥਾ ਹੈ ਨਾ, ਉਹਦਾ ਖਾਣ ਨਾਲ ਤੇ ਕੋਈ ਸੰਬੰਧ ਨਹੀਂ। ਬੜੇ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਅਸੀਂ ਖਾਣ ਵਾਲੀਆਂ ਚੀਜ਼ਾਂ ਵਿੱਚੋਂ ਲੈਂਦੇ ਹਾਂ। ਹੁਣ ਜਿਹੜਾ ਭਾਣਾ ਉਹ ਕਦੀ ਕਿਸੇ ਨੇ ਤੇ ਨਹੀਂ ਖਾਇਆ, ਕਿਹਾ ਵੀ ਖਾ ਲਓ। ਇੱਕੋ ਗੱਲ ਕਹੀ ਜਾਂਦੀ ਹੈ, ਮਾਲਕਾ ਤੇਰਾ ਭਾਣਾ ਮਿੱਠਾ ਕਰਕੇ ਮੰਨਣ ਦੀ ਜਾਚ ਆ ਜਾਏ, ਜਿਵੇਂ ਮਿਠਾਸ ਦਾ ਚੌਕ ਹੈ। ਸਭ ਰਸ ਮਿੱਠਾ ਮੰਨਿਆ, ਸੁਣਿਆ ਸਾਹ ਲੋਣੇ, ਸੁਣਨਾ ਉਹ ਸਲੋਣਾ ਹੈ, ਖੜ ਤੁਰਸ਼ੀ ਮੁੱਖ ਬੋਲਣਾ, ਮੁੱਖ ਤੋਂ ਬੋਲਣਾ ਖੜ ਤੁਰਸ਼ੀ ਹੈ, ਮਾਰਨ ਨਾਦ ਕੀ, ਮਾਰਨ ਦਾ ਅਰਥ ਮਸਾਲਾ, ਨਾਦ ਕੀ ਦਾ ਅਰਥ ਕੀਰਤਨ, ਮਾਰਨ ਨਾਦ ਕੀਏ 36 ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ, ਜਿਸ ਉੱਪਰ ਉਹਦੀ ਬਖਸ਼ਿਸ਼ ਹੋ ਜਾਏ। 36 ਪ੍ਰਕਾਰ ਦੇ ਇਹ ਭੋਜਨ ਸਤਿਗੁਰੂ ਨੇ ਬਖਸ਼ਿਸ਼ ਕੀਤੀ ਭਾਈ ਕਿ ਉਸ ਪਰਮਾਤਮਾ ਦੇ ਨਾਮ ਨੂੰ ਜਪ। ਪਿਛਲੇ ਸਾਲ ਅਰਜ਼ ਕੀਤੀ ਸੀ, ਵੈਸੇ ਜਪ ਇੱਕ ਯੋਗਾ ਹੈ, ਜਪਣਾ ਤੇ ਸਿਮਰਨਾ। ਜਪਣ ਦਾ ਸੰਬੰਧ ਤਾਂ ਸਾਡੀ ਰਸਨਾ ਦੇ ਨਾਲ ਹੈ। ਹਜ਼ੂਰ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ, ਪਰ ਆਮ ਤੌਰ ਤੇ ਤਿੰਨ ਤਰ੍ਹਾਂ ਦਾ ਜਪ ਕਿਹਾ ਜਾਂਦਾ ਹੈ, ਵਾਚਕ, ਉਪਾਂਸ਼ੂ ਤੇ ਮਾਨਸਿਕ। ਵਾਚਕ ਦਾ ਅਰਥ ਹੈ ਬੋਲਣਾ, ਉਪਾਂਸ਼ੂ ਦਾ ਅਰਥ ਹੈ ਜ਼ਬਾਨ ਬੰਦ ਹੋਵੇ ਪਰ ਅੰਦਰ ਇੱਥੇ ਜਾਪ ਚੱਲੇ, ਤੇ ਮਾਨਸਿਕ ਦਾ ਅਰਥ ਕਿ ਜਿਹੜਾ ਨਾ ਗਲੇ ਵਿੱਚ ਨਾ ਜ਼ਬਾਨ ਵਿੱਚ ਆਪਣੇ ਆਪ ਹੀ ਉਹ ਅੰਦਰ ਜਾਪ ਚੱਲਦਾ ਰਹੇ। ਹਜ਼ੂਰ ਨੇ ਕਿਹਾ ਉਹਨੂੰ ਜਪ, ਫਿਰ ਉਹਨੂੰ ਸੁਣ, ਇੱਕ ਸਾਧਨਾ ਹੈ। ਇਹਦੇ ਨਾਲ ਕਿਰਪਾ ਕੀ ਹੋਵੇਗੀ? ਸਾਹਿਬ ਦੇ ਬਚਨ ਨੇ ਕਿ ਨਾਮ ਰਤਨ ਸੁਣ ਜਪ ਜਪ ਜੀਵਾਂ, ਉਹਨੂੰ ਜਪ ਜਪ ਕੇ ਆਤਮਕ ਜ਼ਿੰਦਗੀ ਮਾਨਨੇ ਖਾਂ, ਹਰ ਨਾਨਕ ਕੰਠ ਮਜਾਰੇ। ਦੇਖੋ ਇਹ ਵੀ ਕਿਰਪਾ ਕਰ ਦਿੱਤੀ, ਇੱਕ ਸੁਣਨਾ, ਇੱਕ ਜਪਣਾ, ਇੱਕ ਕੰਠ ਮਜਾਰੇ ਗੱਲ ਕੀਤੀ ਸੱਚੇ ਪਾਤਸ਼ਾਹ ਜੀ ਨੇ। ਕਈ ਵਾਰੀ ਜ਼ਬਾਨ ਨਹੀਂ ਬੋਲਦੀ ਪਰ ਕੰਠ ਬੋਲਦਾ ਹੈ। ਮਹਾਰਾਜ ਕਹਿੰਦੇ ਨੇ ਉਸ ਪਰਿਪੂਰਨ ਵਾਹਿਗੁਰੂ ਜੀ ਦਾ ਨਾਮ ਜੋ ਹੈ ਉਹਨੂੰ ਸੁਣ ਕੇ, ਉਹਨੂੰ ਜਪ ਕੇ ਆਪਣੇ ਕੰਠ ਦੇ ਵਿੱਚ ਧਾਰਨ ਕਰ ਲਿਆ ਹੈ, ਗਲੇ ਦੇ ਵਿੱਚ। ਮਜਾਰੇ ਦਾ ਅਰਥ ਆਪਾਂ ਵਿਚਕਾਰ ਹੀ ਕਰਾਂਗੇ ਨਾ, ਕਿ ਉਸ ਗਲੇ ਵਿੱਚ ਪਰਮਾਤਮਾ ਦਾ ਨਾਮ ਟਿਕ ਗਿਆ ਹੈ। ਪਰ ਜਿਨ੍ਹਾਂ ਨੇ ਜਪਿਆ, ਸਾਹਿਬ ਕਹਿੰਦੇ ਨੇ ਫਿਰ ਉਹਨਾਂ ਦਾ ਮਾਲਕ ਨੇ ਕੁਝ ਵਿਚਾਰਿਆ ਨਹੀਂ। ਵਿਚਾਰੇ ਦਾ ਅਰਥ ਇੱਥੇ ਲਾਪਰਵਾਹੀ ਨਹੀਂ, ਕਿਉਂਕਿ ਜਦੋਂ ਆਪਣੇ ਤੇ ਭਰੋਸਾ ਬਣ ਜਾਏ, ਪਤਾ ਵੀ ਇਹ ਗਲਤੀ ਨਹੀਂ ਕਰਦਾ। ਜਿਵੇਂ ਇੱਕ ਵਫਾਦਾਰ ਨੌਕਰ ਇਮਾਨਦਾਰੀ ਨਾਲ ਕੰਮ ਕਰਦਾ, ਤੇ ਮਾਲਕ ਰੋਜ਼ ਰੋਜ਼ ਉਹਦੇ ਕੰਮ ਦੀਆਂ ਫਾਈਲਾਂ ਦੇਖਦਾ ਨਹੀਂ, ਇੰਨਾ ਭਰੋਸਾ ਬਣ ਜਾਂਦਾ, ਉਹ ਕਹਿੰਦਾ ਜੋ ਇਹ ਕਰੇਗਾ ਉਹ ਬਿਲਕੁਲ ਦਰੁਸਤ ਹੀ ਕਰੇਗਾ। ਹੋ ਸਕਦਾ ਦੁਨੀਆਂ ਦਾ ਚਾਕਰ ਤੇ ਕਿਤੇ ਭੁੱਲ ਜਾਏ, ਪਰ ਜਿਹੜਾ ਪਰਮਾਤਮਾ ਦਾ ਬਣ ਜਾਂਦਾ ਹੈ ਨਾ, ਫਿਰ ਮਾਲਕ ਉਹਦਾ ਵਿਚਾਰਦਾ ਨਹੀਂ, ਉਹਨੂੰ ਆਪਣੇ ਕੰਠ ਆਪਣੇ ਗਲੇ ਨਾਲ ਲਾ ਕੇ ਰੱਖਦੇ ਨੇ। ਸਤਿਗੁਰੂ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਇੱਕ ਤਾਂ ਬਖਸ਼ਿਸ਼ ਕੀਤੀ ਕਿ ਖਿਰਦੇ ਵਿੱਚ ਮਾਲਕ ਦੇ ਚਰਨ ਵਸ ਜਾਣ, ਅੰਦਰ ਧੁਰ ਚਲਾ ਜਾਏ ਉਹ ਨਾਮ। ਦੂਸਰੀ ਕਿਰਪਾ ਕੀਤੀ, ਕਹਿਣ ਲੱਗੇ ਜਿਨ੍ਹਾਂ ਨੇ ਸਿਮਰਿਆ, ਜਿਨ੍ਹਾਂ ਨੇ ਯਾਦ ਕੀਤਾ ਸਤਿਗੁਰੂ ਨੂੰ, ਮਾਲਕ ਨੂੰ,
ਉਹਨਾਂ ਦੇ ਕਾਰਜ ਮਾਲਕ ਆਪ ਸਫਲ ਕਰਦਾ ਹੈ, ਕਾਰਜ ਰਾਸ ਕਰਦੇ ਨੇ। ਤੀਸਰੀ ਬਖਸ਼ਿਸ਼ ਕੀਤੀ ਕਿ ਪਰਿਪੂਰਨ ਪਰਮਾਤਮਾ ਦੇ ਗੁਣ ਗਾਉਣ ਨਾਲ ਉਹ ਸੁੱਖ ਮਿਲਦਾ ਜਿਹਨੂੰ ਨਾ ਕੋਈ ਜੋਗ ਸਕਦਾ, ਨਾ ਤੋਲ ਸਕਦਾ, ਨਾ ਕੋਈ ਮਾਪ ਸਕਦਾ ਹੈ। ਅਖੀਰ ਬਖਸ਼ਿਸ਼ ਕੀਤੀ ਜਿਹੜੇ ਆਪਣੇ ਬਣਾ ਲੈਣ, ਜਿਨ੍ਹਾਂ ਨੂੰ ਆਪਣਾ ਬਣਾ ਲੈ, ਉਹਨਾਂ ਦਾ ਕੁਛ ਵਿਚਾਰਦਾ ਨਹੀਂ। ਤੇ ਭਾਈ ਉਸ ਪਰਮਾਤਮਾ ਦਾ ਨਾਮ ਗੁਰੂ ਅਰਜੁਨ ਸਾਹਿਬ ਕਹਿੰਦੇ ਸੀ ਜਪਣੇ ਆ, ਉਹਨੂੰ ਸੁਣਨੇ ਆ, ਉਹਨੂੰ ਆਪਣੇ ਕੰਠ ਦੇ ਵਿੱਚ ਧਾਰਨ ਕੀਤਾ ਹੈ। ਹਜ਼ੂਰ ਨੇ ਅੱਜ ਪਾਵਨ ਪਵਿੱਤਰ ਹੁਕਮ ਇਸ ਅਸਥਾਨ ਤੇ ਬਖਸ਼ਿਆ ਹੈ। ਆਪ ਨੇ ਪਿਛਲੇ ਕਈ ਸਾਲਾਂ ਤੋਂ ਮਿਹਨਤ ਮੁਸ਼ਕਤ, ਮਾਲਕ ਨੇ ਕਿਰਪਾ ਕੀਤੀ, ਉਦਮ ਦਿੱਤਾ, ਸੋਹਣਾ ਗੁਰੂ ਘਰ ਤਿਆਰ ਹੋ ਗਿਆ ਹੈ, ਜਿਸ ਦੇ ਵਿੱਚ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕੀਤਾ ਜਾਣਾ ਹੈ। ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ, ਮਾਲਕ ਕਿਸੇ ਦੀ ਇੱਕ ਤਿਲ ਕੀਤੀ ਹੋਈ ਸੇਵਾ ਨੂੰ ਅਜਾਈ ਨਹੀਂ ਜਾਣ ਦਿੰਦੇ। ਫਿਰ ਕਿਸੇ ਨੇ ਹੱਥੀਂ ਕੀਤੀ ਹੋਵੇ, ਕਿਸੇ ਨੇ ਧਨ ਨਾਲ ਕੀਤੀ ਹੋਵੇ, ਕਿਸੇ ਨੇ ਪ੍ਰਬੰਧ ਵਿੱਚ ਕੀਤੀ ਹੋਵੇ, ਕਿਉਂਕਿ ਸਤਿਗੁਰੂ ਦੀ ਸੇਵਾ ਨਿਫਲ ਹੈ ਹੀ ਨਹੀਂ। ਆ ਇੱਕ ਥਾਂ ਤੇ ਜ਼ਰੂਰ ਕਿਹਾ ਜਿੱਥੇ ਨਿਫਲ ਹੋ ਜਾਂਦੀ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਅੱਗੇ ਕੀ ਹੈ, ਹੋਮੈ ਵਿੱਚੋਂ ਆ ਸਫਲ ਸੇਵਾ ਹੈ ਨਾ। ਹੁਣ ਇੰਨੀ ਤਾਂ ਤੁੱਕ ਆਪਾਂ ਪੜ੍ਹ ਲੈਂਦੇ ਹਾਂ ਕਿ ਸਤਿਗੁਰੂ ਕੀ ਸੇਵਾ ਸਫਲ ਹੈ। ਹੁਣ ਦੋ ਗੱਲਾਂ ਅਗਲੀਆਂ ਨੇ, ਇੱਕ ਚਿਤ ਲਾਏ ਤੇ ਦੂਜੀ ਖੌਮੇ ਜਾਏ। ਮਨ ਚਿੰਦਿਆ ਫਲ ਪਾਵਣਾ ਤਾਂ ਹੀ ਹੈ ਨਾ ਜੇ ਦੋ ਜਾਣਗੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਖੌਮੈ ਵਿੱਚੋਂ ਜਾਏ। ਇੱਕ ਥਾਂ ਤੇ ਖਿਮਾ ਕਰਿਓ, ਨਿਫਲ ਚਲੀ ਜਾਂਦੀ ਏ, ਇਹਨੂੰ ਨੈਗੇਟਿਵ ਨਹੀਂ ਲੈਣਾ। ਜਦੋਂ ਅੰਦਰ ਦੀ ਵਾਸ਼ਨਾ ਨਾ ਮਰੇ ਤਾਂ ਕਾਮ ਨਾ ਛੱਡੇ, ਕ੍ਰੋਧ ਨਾ ਛੱਡੇ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਦੋਂ ਜਾਂਦੀ ਏ ਜਦੋਂ ਬੰਦਾ ਨਿੰਦਿਆ ਕਰਨ ਲੱਗ ਪੈਂਦਾ। ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੂਖੇ ਦਾਨ ਨਾ ਦੇਨਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ। ਸੱਚੀ ਗੱਲ ਕਥਾ ਕਰਦੇ ਨੇ, ਕਈ ਸਾਲ ਹੋ ਗਏ ਨੇ, ਤੇ ਸਵੀਕਾਰ ਲੈਣਾ ਚਾਹੀਦਾ। ਹੋ ਸਕਦਾ ਕਿ ਕਿਸੇ ਦੇ ਨੇ ਮਨ ਦਾ ਪਰਦਾ ਲੈ ਜਾਏ, ਇਹ ਕਿਤੇ ਸਵੀਕਾਰ ਲਏ ਤੇ ਗੁਰੂ ਉਸ ਸਵਕਾਰਨ ਵਿੱਚ ਹੀ ਮੇਰ ਕਰਦਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਛੁੱਟੀ, ਨੇਫਲ ਪਈ ਸਭ ਸੇਵਾ। ਵਾਹਿਗੁਰੂ ਕਰੇ ਸੇਵਾ ਨਾਲ। ਹਾਂ, ਇੱਕ ਸਿਰਫ ਉਦਾਹਰਨ ਦੇ ਕੇ ਸੰਪੰਨਤਾ ਕਰ ਦੇਣਾ। ਭਾਵਨਾ ਨਾਲ ਕੋਈ ਸੇਵਾ ਕਰੇ, ਧਨ ਦੀ ਵੀ ਸੇਵਾ ਹੈ, ਮਨ ਦੀ ਵੀ ਸੇਵਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਇੱਕ ਦਿਨ ਸੁਰਤ ਦੀ ਸੇਵਾ ਵੀ ਗਈ, ਸੁਰਤ ਨਾਲ ਵੀ ਸੇਵਾ, ਤਨ ਦੀ, ਮਨ ਦੀ, ਧਨ ਦੀ, ਸੁਰਤ ਦੀ। ਤੇ ਜਿਹੜੀ ਹੱਥੀ ਸੇਵਾ ਹੈ ਨਾ, ਇਹਦਾ ਆਨੰਦ ਹੀ ਕੁਝ ਵੱਖਰਾ ਹੈ। ਸਿਰਫ ਇੱਕੋ ਘਟਨਾ, ਗੁਰੂ ਅਰਜਨ ਦੇਵ ਹਰਿਮੰਦਰ ਸਾਹਿਬ ਬਣ ਰਿਹਾ ਸੀ, ਇਮਾਰਤ ਬਣ ਰਹੀ ਹੈ, ਦੂਰੋਂ ਦੂਰੋਂ ਸੰਗਤਾਂ ਆਈਆਂ। ਇੱਕ ਚੌਧਰੀ ਆਇਆ ਜੀ, ਉਹਨੇ ਖੁੰਡੀ ਧਾਰਨ ਕੀਤੀ ਸੀ ਸਰਵਰ ਦੀ, ਨਾਮ ਉਹਦਾ ਬਹਿਲੋਲ ਸੀ, ਪਰ ਭਾਈ ਬਹਿਲੋ ਜੀ ਅਸੀਂ ਕਹਿੰਦੇ। ਤੇ ਉਹ ਰਸਤੇ ਡਰੀ ਜੈ ਸਰਵਰ ਤੰਗ ਕਰੇਗਾ, ਉਹਨੇ ਕਿਹਾ ਵੀ ਜਾ ਦਰਿਆ ਟੱਪਦਿਆਂ ਕੁਝ ਨਾ ਹੋਇਆ ਨਾ ਖੁੰਡੀ ਸੱਟ ਦੇਣੀ। ਭਰੋਸਾ ਕਰਕੇ ਚੱਲਿਆ। ਹੋਣਾ ਕੀ ਸੀ, ਜਦੋਂ ਮਹਾਰਾਜਾ ਵਾਲੇ ਪਾਸੇ ਤੁਰ ਪਿਆ, ਲੂ ਤਾਂ ਤੰਗ ਕਰਦੀ ਏ ਜੇ ਠੰਡੇ ਬਰਫ਼ ਵੱਲ ਪਿੱਠ ਕਰਕੇ ਤੁਰਾਂਗੇ, ਤੇ ਜੇ ਉਧਰ ਮੂੰਹ ਕਰਕੇ ਤੁਰ ਪਈਏ ਲੂ ਤਾਂ ਆਪਣੇ ਆਪ ਖਹਿੜਾ ਛੱਡ ਜਾਏਗੀ। ਛੱਡ ਦਿੱਤਾ ਉੱਥੇ ਜੀ। ਪਹਿਲੇ ਦਿਨ ਗਏ, ਚੌਧਰੀ ਸੀ, ਨੌਕਰ ਚਾਕਰ ਬੜੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਦਰਸ਼ਨ ਨਾ ਕੀਤੇ। ਤੇ ਇਹਨੇ ਆਪਣੇ ਵੱਲੋਂ ਕਿਹਾ, ਮਹਾਰਾਜ ਮੇਰੇ ਤੇ ਵੀ ਆ ਕਿਰਪਾ, ਜਿਹੜੇ ਸਿੱਖ ਬੈਠੇ ਨੇ ਸਾਹਮਣੇ, ਸਤਿਗੁਰੂ ਕਹਿੰਦੇ ਨੇ ਹੱਥੀ ਸੇਵਾ ਕਰ। ਉਹਨਾਂ ਨੇ ਆਪਣਾ ਇੱਟਾ ਦਾ ਆਵਾ ਬਣਾਇਆ, ਨੌਕਰਾਂ ਤੋਂ ਨਹੀਂ, ਆਪਣੇ ਸਿਰ ਤੇ ਕੂੜਾ ਢੋ ਕੇ ਪਾਇਆ। ਜਿਸ ਦਿਨ ਪੱਕ ਗਿਆ ਸੇਵਾ ਕਰੇ ਨਾਲ ਸਿਮਰਨ, ਇੱਟਾਂ ਲਾਲ ਸੁਰਖ ਹੋ ਗਈਆਂ। ਮਹਾਰਾਜ ਜੀ ਨੇ ਪਕੜ ਕੇ ਕਿਹਾ, ਇਹ ਆਵਾ ਕਿਹਦਾ? ਸਿੱਖਾਂ ਕਿਹਾ, ਬਹਿਲੋਂ ਦਾ। ਮਹਾਰਾਜ ਕਹਿੰਦੇ ਨੇ ਨਹੀਂ, ਇਹ ਕਹਿੰਦਾ ਨਹੀਂ ਤੁਹਾਡਾ, ਸਤਿਗੁਰੂ ਮੇਰਾ ਨਹੀਂ ਤੇਰਾ। ਸਤਿਗੁਰੂ ਨੇ ਨਾ ਸੇਵਾ ਤੋਂ ਖੁਸ਼ ਹੋ ਕੇ ਕਿਹਾ, ਭਾਈ ਬਹਿਲੋਂ ਸਭ ਤੋਂ ਪਹਿਲੋਂ। ਪਰ ਇਹ ਗੱਲ ਕਹੀ, ਕਹਿਣ ਲੱਗੇ ਲਾਲ ਤਾਂ ਹੋਈਆਂ ਜੇ ਕੂੜਾ ਸੜਿਆ ਹੈ, ਵਾਸ਼ਨਾ ਦਾ ਕੂੜਾ ਸੜ ਜਾਏਗਾ,
ਅੰਦਰ ਆਪਣੇ ਆਪ ਸੁਰਖ ਲਾਲ ਤੇ ਪੱਕਾ ਹੋ ਜਾਏਗਾ। ਸਤਿਗੁਰੂ ਕਿਰਪਾ ਕਰੇ, ਸਭ ਦਾ ਧੰਨਵਾਦ ਜੀ। ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ, ਕਿਉਂਕਿ ਆਪ ਪਿਆਰ ਸਤਿਕਾਰ ਮਾਨਤਾ ਦਿੰਦੇ ਹੋ ਪਰ ਸਿਰ ਤੇ ਹੱਥ ਰੱਖਿਓ, ਕਿਉਂਕਿ ਸੰਗਤ ਵਿੱਚ ਗੁਰੂ ਵਰਤਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।